ਜਹਾਨ ਤੇ ਖਿੜੇ ਰਹਿੰਦੇ ਜਿਹੜੇ ਕੰਡਿਆਂ ਨਾਲ ਗੁਜ਼ਾਰਦੇ ਨੇ ਉਹਨਾਂ ਉੱਤੋਂ ਸਰਵਾਰ ਨੇ ਕਰੇ ਦੁਨੀਆ ਜਿਹੜੇ ਦੇਸ਼ ਬਦਲੇ ਆਪਾ ਵਾਰਦੇ ਨੇ ਉਹ ਤਾਂ ਘੜਿਆਂ ਦੇ ਆਸਰੇ ਟੋਲਦੇ ਨਾ ਕੰਡੇ ਵੇਖ ਲੈਂਦੇ ਜਿਹੜੇ ਪਾਰਦੇ ਨੇ ਜਿਹੜੇ ਕੌਮ ਨੂੰ ਜ਼ਿੰਦਗੀ ਦੇਣ ਵਾਲੇ ਪਹਿਲਾਂ ਮੌਤ ਦੀ ਜ਼ੁਲਫ ਸਵਾਰਦੇ ਨੇ ਗੁਰੂ ਅਰਜਨ ਗੁਰੂ ਤੇਗ ਬਹਾਦਰ ਪੈੜਾਂ ਛੱਡ ਗਏ ਸ਼ਾਂਤ ਰਹਿੰਦਿਆਂ ਸ਼ਹੀਦ ਹੋਣ ਦਾ ਰਸਤਾ ਕੱਟ ਗਏ ਜਿਸ ਤੇ ਚੱਲਦਾ ਆਇਆ ਸਿੱਖ ਮਹਿਣ ਮਰੀਦਾਂ ਦਾ ਬੇਅਰਥਾ ਨਹੀਂ ਦੰਦਾ ਡੁਲਿਆ ਖੂਨ ਸ਼ਹੀਦਾਂ ਦਾ ਗੁਰੂ ਅਰਜਨ ਗੁਰੂ ਤੇਗ ਬਹਾਦਰ ਪੈੜਾਂ ਛੱਡ ਗਏ ਸ਼ਾਂਤ ਰਹਿੰਦਿਆਂ ਸ਼ਹੀਦ ਹੋਣ ਦਾ ਰਸਤਾ ਕੱਟ ਗਏ ਜਿਸ ਤੇ ਚੱਲਦਾ ਆਇਆ ਸਿੱਖ ਮਹਿਣ ਮਰੀਦਾਂ ਦਾ ਬੇਅਰਥਾ ਨਹੀਂ ਦੰਦਾ ਡੁਲਿਆ ਖੂਨ ਸ਼ਹੀਦਾਂ ਦਾ ਮਕੌਰ ਤੇ ਦੋ ਸਰਹੰਦ ਵਿੱਚ ਭਾਵੇਂ ਠਰ ਗਏ ਸੀ ਜ਼ੁਲਮ ਰਾਜ ਦਾ ਸਦਾ ਲਈ ਮੂੰਹ ਕਾਲਾ ਕਰ ਗਏ ਸੀ ਖਾਨ ਮਜੀਦ ਵਰਗੀਆਂ ਪਾਪੀ ਪੁਰਸ਼ ਬਲੀਦਾਂ ਦਾ ਬੇਅਰਥਾ ਨਹੀਂ ਦੰਦਾ ਡੁਲਿਆ ਖੂਨ ਸ਼ਹੀਦਾਂ ਦਾ ਜਦੋਂ ਦੀ ਅੱਲਾ ਸਿਦਕੀ ਵੇਚੀ ਉਬਾਲਿਆ ਦੇਗਾਂ ਦੇ ਜਦੋਂ ਦੀ ਅੱਲਾ ਸਿਦਕੀ ਵਿੱਚ ਉਬਾਲਿਆ ਦੇਗਾਂ ਦੇ ਸੌਂਦੇ ਪਾਉਂਦੀ ਮਾਛੀ ਵਾੜੇ ਛਾਵੇਂ ਤੇਗਾਂ ਦੇ ਝਲਕਾਰਾ ਪੈਂਦਾ ਪਰਮ ਪੁਰਖ ਦੀਆਂ ਦੀਦਾਂ ਦਾ ਬੇਅਰਥਾ ਨਹੀਂ ਜਾਂਦਾ ਡੁਲਿਆ ਖੂਨ ਸ਼ਹੀਦਾਂ ਦਾ ਵੱਡਾ ਘੱਲੂਕਾਰਾ ਸੀ ਜਿਸ ਨਾਮ ਪੁਕਾਰਿਆ ਗਿਆ 30,000 ਖਾਲਸਾ ਕੋਪਰ ਹੀੜੇ ਮਾਰਿਆ ਗਿਆ ਦੁਸ਼ਮਣ ਦੁਸ਼ਮਣ ਗੀਤਾਂ ਦਾ ਬੇਅਰਥਾ ਨਹੀਂ ਜਾਂਦਾ ਡੁਲਿਆ ਖੂਨ ਸ਼ਹੀਦਾਂ ਦਾ ਧੰਨ ਸੂਰਮੇ ਜਿਹੜੇ ਦੀਨਾਂ ਦੁਖੀਆਂ ਹੇਤ ਲੜੇ ਧੰਨ ਸੂਰਮੇ ਜਿਹੜੇ ਦੀਨਾਂ ਦੁਖੀਆਂ ਹੇਤ ਲੜੇ ਮੂੰਹ ਨਾ ਮੋੜਿਆ ਪੁਰਜਾ ਪੁਰਜਾ ਉੱਡੇ ਖੇਤ ਖੜੇ ਕੋਲ ਪੰਥ ਦੇ ਕੋਠਾ ਭਰਿਆ ਪਿਆਰ ਸੀਤਾਂ ਦਾ ਕੋਲ ਪੰਥ ਦੇ ਕੋਠਾ ਭਰਿਆ ਪਿਆਰ ਸੀਤਾਂ ਦਾ ਬੇਅਰਥਾ ਨਹੀਂ ਜਾਂਦਾ ਡੁਲਿਆ ਖੂਨ ਸ਼ਹੀਦਾਂ ਦਾ ਗਈ ਖੋਪਰੀ ਲਾਹੀ ਤਾਰੂ ਸਿੰਘ ਭਜਨੀ ਕਦੀ ਪੈ ਮਰਨੇ ਦਾ ਲੰਘਿਆ ਜਿਸ ਦੇ ਨਾ ਨਜ਼ਦੀਕ ਦੀ ਇਕਲੌਤਾ ਵਿਧਵਾ ਮਾਰਾ ਬੁਰਜ ਅਮੀਤਾਂ ਦਾ ਬੇਅਰਥਾ ਨਹੀਂ ਜਾਂਦਾ ਡੁਲਿਆ ਖੂਨ ਸ਼ਹੀਦਾਂ ਦਾ ਦੁਖੀਆ ਭਾਰਤ ਮਾਂ ਦਾ ਨਾਂ ਵਰਲਾਪ ਸਹਾਰਿਆ ਗਿਆ ਕਿਵੇਂ ਸਿਰਾਂ ਦੀਆਂ
ਕਿਸ਼ਤਾਂ ਦੇ ਕੇ ਕਰਜ਼ੇ ਉਤਾਰਿਆ ਗਿਆ। ਚੇਤਾ ਨੂੰ ਹੀ ਭੁਲਾਇਆ ਬਾਣੀ ਦੀਆਂ ਤਕੀਦਾਂ ਦਾ, ਅਰਥਾਂ ਨਹੀਂ ਜਾਂਦਾ ਡੁਲਿਆ ਖੂਨ ਸ਼ਹੀਦਾਂ ਦਾ। ਜੀਠੇ ਚੋਲੇ ਨਵੀਆਂ ਪੰਤਾਂ ਦੇ, ਜੂਝ ਮਰੇਗਾ ਜਿਹੜਾ ਉੱਪਰ ਸਿੱਖ ਸਿਧਾਂਤਾਂ ਦੇ। ਪੈਂਦਾ ਦਸਤਾ ਦੇਵਤਿਆਂ ਦੀ ਜੂਨ ਸ਼ਹੀਦਾਂ ਦਾ, ਅਰਥਾਂ ਨਹੀਂ ਜਾਂਦਾ ਡੁਲਿਆ ਖੂਨ ਸ਼ਹੀਦਾਂ ਦਾ। ਸੁਣਿਆ ਸੁਰਗ ਲੋਕ ਦੀ ਹੈ ਕਿ ਅਸਲੋਂ ਨੇੜੇ ਥਾਂ, ਧਰਮ ਰਾਜ ਦੇ ਦੂਤਾਂ ਦਾ ਹੈ ਦਫ਼ਤਰ ਜਿਹੜੇ ਥਾਂ। ਪਾਸ ਕਵੀ ਆਏ ਫਰਕ ਜਨੂਨ ਸ਼ਹੀਦਾਂ ਦਾ, ਬੇਅਰਥਾ ਨਹੀਂ ਜਾਂਦਾ ਡੁਲਿਆ ਖੂਨ ਸ਼ਹੀਦਾਂ ਦਾ। ਨਾਲ ਮੰਤਰਾ ਨਹੀਂ ਮਿਸਾਲ ਬਲਦੀ, ਤੇਲ ਮੁੱਕੇ ਤੇ ਦੀਵਾ ਉਹ ਗੁੱਲ ਜਾਵੇ। ਲੱਖ ਯਤਨ ਕਰੀਏ ਫਿਰ ਨਾ ਪਵੇ ਭਾਂਡੇ, ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ। ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਜਦੋਂ ਗੰਢ ਇਤਫਾਕ ਦੀ ਖੁੱਲ ਜਾਵੇ। ਪਾਰਸ ਮਿਟ ਜਾਂਦੀ ਗਲਤ ਹਰਫ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਗਈਆਂ, ਉਹ ਸੰਸਾਰ ਦੀ ਸਲੇਟ ਤੋਂ ਗਲਤ ਅੱਖਰਾਂ ਦੀ ਤਰ੍ਹਾਂ ਮਿਟ ਗਈਆਂ। ਦੁਨੀਆਂ ਦਾ ਇਤਿਹਾਸ ਪੜ੍ਹੋਗੇ, ਦੁਨੀਆਂ ਦੀਆਂ ਉਹ 25 ਕੌਮਾਂ ਜਿਨ੍ਹਾਂ ਨੇ ਆਪਣੇ ਇਤਿਹਾਸ ਤੋਂ ਪਕੜ ਛੱਡ ਦਿੱਤੀ, ਆਪਣਾ ਇਤਿਹਾਸ ਪ੍ਰਚਾਰ ਨਾ ਛੱਡ ਦਿੱਤਾ, ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਆਪਣੀ ਜਨਰੇਸ਼ਨ ਨੂੰ, ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਨਾ ਪੜ੍ਹਾ ਸਕੇ, ਨਾ ਸੁਣਾ ਸਕੇ, ਨਾ ਦੱਸ ਸਕੇ, ਉਹ ਦੁਨੀਆਂ ਦੀ ਸਲੇਟ ਤੋਂ 25 ਕੌਮਾਂ ਗਲਤ ਅੱਖਰਾਂ ਦੀ ਤਰ੍ਹਾਂ ਮਿਟ ਗਈਆਂ ਨੇ। ਤੁਸੀਂ ਕਰਮਾਂ ਵਾਲੇ ਹੋ, ਵਧਾਈ ਦੇ ਪਾਤਰ ਹੋ। ਸ਼ਾਮਾਂ ਦਾ ਟਾਈਮ ਹੋ ਗਿਆ, ਸਵੇਰ ਤੋਂ ਲੈ ਕੇ ਤੁਸੀਂ ਚੌਂਕੜੇ ਮਾਰ ਕੇ ਬੈਠੇ ਹੋ ਆਪਣੇ ਵੱਡ ਵਡੇਰਿਆਂ ਦਾ ਸ਼ਾਨਾ ਮੱਤਾ ਇਤਿਹਾਸ ਸਰਵਣ ਕਰਨ ਵਾਸਤੇ। ਆਓ ਸਭ ਤੋਂ ਪਹਿਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੀਹ ਝੁਕਾਓ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਮੰਨੀਏ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦੱਖਣ ਨੰਦੇੜ ਹਜ਼ੂਰ ਸਾਹਿਬ ਦੀ ਧਰਤੀ 'ਤੇ ਜਿਹੜਾ ਸਿੱਖ ਪੰਥ ਦਾ ਪੰਜਵਾਂ ਤਖਤ ਹੈ, ਉਸ ਤਖਤ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ, ਆਪ ਨਮਸਕਾਰ ਕਰਕੇ, ਮੱਥਾ ਟੇਕ ਕੇ ਆਪਣੀ ਕੌਮ ਨੂੰ ਇੱਕ ਸੰਦੇਸ਼ ਦਿੱਤਾ ਸੀ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀ, ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀ, ਸਿੱਖਾ ਤੇਰਾ ਗੁਰੂ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਹੈ, ਸ਼ਬਦ ਗੁਰੂ ਆ, ਹੋਰ ਕਿਸੇ ਨੂੰ ਮੱਥਾ ਨਹੀਂ ਟੇਕਣਾ। ਮੇਰੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਸ਼ਬਦ ਦਰਜ ਕੀਤਾ ਹੈ, ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ। ਜਿਹੜਾ ਸੱਚੇ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਸ਼ਬਦ ਗੁਰੂ ਨੂੰ ਛੱਡ ਕੇ ਕਿਸੇ ਬੰਦੇ ਨੂੰ ਗੁਰੂ ਸਮਝੀ ਬੈਠਾ, ਉਹ ਗੁਰਮੁਖ ਨੇ, ਮਨਮੁੱਖ ਹੈ। ਸੋ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਮੰਨੀਏ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਸਮਝਦੇ ਹੋਏ ਦੋਨੋਂ ਹੱਥ ਜੋੜ ਕੇ ਦੋ ਵਾਰੀ ਵਾਹਿਗੁਰੂ ਦਾ ਸਿਮਰਨ ਕਰੋ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਤਿ ਧੰਨਵਾਦੀ ਹਾਂ ਮਹਾਂਪੁਰਖ ਬਾਬਾ ਅਵਤਾਰ ਸਿੰਘ ਸਾਹਿਬ ਜੀ ਸੁਰ ਸਿੰਘ ਵਾਲੇ ਔਰ ਉਹਨਾਂ ਤੋਂ ਵਰੋਸਾਏ ਹੋਏ ਬਾਬਾ ਨਿਹਾਲ ਸਿੰਘ ਜੀ, ਇਸ ਅਸਥਾਨ ਦੇ ਮੁੱਖ ਸੇਵਾਦਾਰ ਜਿਨ੍ਹਾਂ ਨੇ ਹੁਕਮ ਲਾ ਕੇ
ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਾਏ ਨੇ। ਬਹੁਤ ਹੀ ਪਿਆਰੇ ਵੀਰ ਸਵਰਨਜੀਤ ਸਿੰਘ ਜੀ, ਜਿਨ੍ਹਾਂ ਨੇ ਵਲਟੋਏ ਵਾਲੇ, ਜਿਨ੍ਹਾਂ ਨੇ ਸਾਡਾ ਦੀਵਾਨ ਵਲਟੋਏ ਮੇਲੇ ਵਿੱਚ ਸੁਣਿਆ ਸੀ, ਉਸ ਦਿਨ ਤੋਂ ਹੀ ਪੱਕਾ ਕਰ ਦਿੱਤਾ ਕਿ ਤੁਸਾਂ ਨੇ ਹਾਜ਼ਰੀ ਭਰਨੀ ਆ ਔਰ ਤੁਹਾਡੇ ਜਥੇ ਦੀ ਸੇਵਾ ਭੇਟਾ ਜਿੰਨੀ ਵੀ ਤੁਸੀਂ ਲੈਂਦੇ ਹੋ ਉਹ ਅਸੀਂ ਦੇਵਾਂਗੇ। ਧੰਨਵਾਦੀਆਂ ਵੀਰ ਸਵਰਨਜੀਤ ਸਿੰਘ ਦਾ, ਜਿਨ੍ਹਾਂ ਨੇ ਸਾਨੂੰ ਹੁਣੇ ਆਉਂਦਿਆਂ ਦੀਵਾਨ ਲਾਉਣ ਤੋਂ ਪਹਿਲਾਂ ਹੀ ਚੈੱਕ ਦੇ ਦਿੱਤਾ ਹੋਇਆ, ਸੋ ਉਹਨਾਂ ਦਾ ਵੀ ਧੰਨਵਾਦੀਆਂ ਅਤੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਉਹਨਾਂ ਦੀ ਕਮਾਈ ਵਿੱਚ ਹੋਰ ਬਰਕਤਾਂ ਪਾਵੇ, ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਸਟੇਜ 'ਤੇ ਬੈਠੇ ਹੋਏ ਬਾਬਾ ਸਤਨਾਮ ਸਿੰਘ ਜੀ, ਕਿੜੀ ਅਫਗਾਨਾ ਵਾਲੇ, ਗੁਰਦਾਸਪੁਰ ਜ਼ਿਲ੍ਹੇ ਵਿੱਚ ਹੈ ਕਿੜੀ ਅਫਗਾਨਾ ਪਿੰਡ, ਮੇਰੇ ਉਸਤਾਦ ਪਿਤਾ ਜੋਗੀ ਸਾਹਿਬ ਦੇ ਪਿੰਡਾਂ ਲਾਗੇ ਨੇ, ਬਾਬਾ ਜੀ ਉੱਥੋਂ ਆਏ ਹੋਏ ਨੇ ਔਰ ਦੀਵਾਨ ਸੁਣਦੇ ਸਟੇਜ 'ਤੇ ਬੈਠੇ ਨੇ, ਉਹਨਾਂ ਵੱਲੋਂ 100 ਰੁਪਏ ਅਰਦਾਸ ਹੈ। ਬਹੁਤ ਹੀ ਸਤਿਕਾਰਯੋਗ ਸਤਨਾਮ ਸ਼ਮਸ਼ੇਰ ਸਿੰਘ ਜੀ ਭੋਜੀਆਂ ਵਾਲੇ ਕਥਾਵਾਚਕ, ਉਹਨਾਂ ਵੱਲੋਂ ਵੀ 100 ਰੁਪਇਆ ਜਥੇ ਨੂੰ ਇਨਾਮ ਭੇਜਿਆ ਗਿਆ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼। ਵੀਰ ਸੁਖਵਿੰਦਰ ਸਿੰਘ ਜੀ ਡੱਲੇ ਕੇ, ਉਹਨਾਂ ਵੱਲੋਂ 100 ਰੁਪਇਆ ਅਰਦਾਸ ਹੈ। ਸੁਰਜੀਤ ਸਿੰਘ ਅਤੇ ਬਲਜੀਤ ਸਿੰਘ ਜੀ ਜਿਹੜੇ ਬਹੁਤ ਵਧੀਆ ਕਿਰਪਾਨਾਂ ਤਿਆਰ ਕਰਦੇ ਨੇ, ਉਹਨਾਂ ਵੱਲੋਂ ਵੀ 100 ਰੁਪਇਆ ਅਰਦਾਸ ਹੈ। ਸੱਚੇ ਪਾਤਸ਼ਾਹ ਉਹਨਾਂ ਦੇ ਕਾਰੋਬਾਰ ਵਿੱਚ ਹੋਰ ਤਰੱਕੀ ਕਰੇ। ਅਵਤਾਰ ਸਿੰਘ ਅਤੇ ਬਲਰਾਜ ਸਿੰਘ ਜੀ ਕਿਰਪਾਨਾਂ ਵਾਲੇ, ਉਹ ਵੀਰ 100 ਰੁਪਇਆ ਜਥੇ ਨੂੰ ਇਨਾਮ ਭੇਜਦੇ ਨੇ। ਤੁਹਾਡੇ ਪਿੰਡ ਦੇ, ਤੁਹਾਡੇ ਨਗਰ ਦੇ ਮਹਾਨ ਪ੍ਰਚਾਰਕ ਵੀਰ ਦਿਲਬਾਗ ਸਿੰਘ ਜੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਪ੍ਰਚਾਰਕ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਵੱਲੋਂ ਵੀ 100 ਰੁਪਇਆ ਅਰਦਾਸ ਹੈ। ਸਟੇਜ ਸਕੱਤਰ ਸਾਹਿਬ, ਉਹਨਾਂ ਵੱਲੋਂ ਵੀ 100 ਰੁਪਇਆ ਅਰਦਾਸ ਹੈ। ਬਲਦੇਵ ਸਿੰਘ ਜੀ, ਸਟੇਜ ਸਕੱਤਰ ਬਲਦੇਵ ਸਿੰਘ ਜੀ, ਉਹਨਾਂ ਵੱਲੋਂ 100 ਰੁਪਇਆ ਅਰਦਾਸ ਹੈ। ਹੋਰ ਬਹੁਤ ਸਾਰੇ ਵੀਰਾਂ ਵੱਲੋਂ, ਭੈਣਾਂ ਵੱਲੋਂ, ਬਜ਼ੁਰਗਾਂ ਵੱਲੋਂ ਜਥੇ ਦੇ ਸਤਿਕਾਰ ਵਿੱਚ ਮਾਇਆ ਹੀ, ਮੈਂ ਸਾਰੇ ਮਾਇਕ ਸਹਾਇਕ ਸੱਜਣਾਂ ਦਾ ਦੀ ਧੰਨਵਾਦੀ ਹਾਂ। ਸਾਡੇ ਤੋਂ ਪਹਿਲਾਂ ਸੇਵਾ ਕਰ ਚੁੱਕੇ ਢਾਡੀ ਗਿਆਨੀ ਗੁਰਭੇਜ ਸਿੰਘ ਜੀ ਚਵਿੰਡੇ ਵਾਲੇ, ਉਹਨਾਂ ਦੇ ਜਥੇ ਵੱਲੋਂ 100 ਰੁਪਇਆ ਅਰਦਾਸ ਹੈ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼। ਉਹਨਾਂ ਦੇ ਸਰੰਗੀ ਮਾਸਟਰ, ਉਹਨਾਂ ਵੱਲੋਂ ਵੀ 100 ਰੁਪਇਆ ਅਰਦਾਸ ਹੈ। ਬਾਬਾ ਦੀਪ ਸਿੰਘ ਜੀ ਜਿਊਲਰ ਦਦੇਰ ਸਾਹਿਬ ਵਾਲੇ, ਉਹਨਾਂ ਵੱਲੋਂ 200 ਰੁਪਇਆ ਜਥੇ ਨੂੰ ਇਨਾਮ ਹੈ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼। ਬਾਬਾ ਸੁੱਖਾ ਸਿੰਘ ਜੀ ਸਰਿਹਾਲੀ ਸਾਹਿਬ ਵਾਲੇ, ਮਹਾਨ ਸੇਵਾਦਾਰ, ਉਹਨਾਂ ਦੇ ਨਾਂ ਤੋਂ ਮੈਂ ਅਰਦਾਸ ਹੈ। ਸੁਖਵਿੰਦਰ ਸਿੰਘ ਜੀ ਜੋਤੀ ਸ਼ਾਹ ਵਾਲੇ, ਉਹਨਾਂ ਵੱਲੋਂ 50 ਰੁਪਏ ਅਰਦਾਸ ਹੈ। ਡਾਕਟਰ ਰਜਿੰਦਰ ਸਿੰਘ ਜੀ ਸਰਪੰਚ ਸਾਹਿਬ, ਉਹਨਾਂ ਵੱਲੋਂ 100 ਰੁਪਇਆ ਅਰਦਾਸ ਹੈ। ਸ਼ਿੰਗਾਰ ਸਿੰਘ ਜੀ ਠੇਕੇਦਾਰ, ਉਹਨਾਂ ਵੱਲੋਂ ਵੀ ਜਥੇ ਨੂੰ 100 ਰੁਪਇਆ ਅਰਦਾਸ ਹੈ। ਪ੍ਰਧਾਨ ਸਾਹਿਬ, ਉਹਨਾਂ ਵੱਲੋਂ ਵੀ ਮੈਂ ਅਰਦਾਸ ਹੈ। ਹੋਰ ਬਹੁਤ ਸਾਰੀਆਂ ਸੰਗਤਾਂ ਵੱਲੋਂ ਮੈਂ ਅਰਦਾਸ। ਹਰਭਜਨ ਸਿੰਘ ਜੀ ਸਭਰਾ, ਉਹਨਾਂ ਵੱਲੋਂ ਵੀ ਮੈਂ ਅਰਦਾਸ ਹੈ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ। ਉਹਨਾਂ ਦਾ ਨੇਕ ਸਪੁੱਤਰ ਮੱਸਾ ਸਿੰਘ ਇਸ ਵੇਲੇ ਕੈਨੇਡਾ ਦੀ ਧਰਤੀ 'ਤੇ ਸੇਵਾ ਕਰਦਾ ਹੈ। ਸੋ ਮੱਸਾ ਸਿੰਘ ਬੜਾ ਮਲਾਪੜਾ ਅਤੇ ਬੜਾ ਚੰਗਾ ਸੱਜਣ ਹੈ, ਅਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਖਾਨਦਾਨੀ ਕਵੀਸ਼ਰ ਹੈ, ਕਿਉਂਕਿ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਕਵੀਸ਼ਰੀ ਕਰਦੇ ਸਨ। 2022 ਵਿੱਚ ਮੇਰੇ ਕੋਲ ਇੱਕ ਮੌਕਾ ਮਿਲਿਆ ਸੀ, ਮੈਂ ਇਹਨਾਂ ਦਾ ਸਨਮਾਨ ਚੱਬੇ ਨਗਰ ਦੀ ਧਰਤੀ 'ਤੇ, ਜੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਪਹਿਲੀ ਜੰਗ ਲੜੀ ਹੈ, ਮਾਤਾ ਸੁਲੱਖਣੀ ਦਾ ਜਿੱਥੇ ਸਥਾਨ ਹੈ, ਉਸ ਸਥਾਨ 'ਤੇ ਗਿਆਨੀ ਹਰਭਜਨ ਸਿੰਘ ਹੁਣਾਂ ਦਾ ਸਨਮਾਨ ਕਰਵਾਇਆ ਸੀ। ਆਹ ਮੇਰੇ ਤੋਂ ਪਹਿਲਾਂ ਢਾਡੀ ਸਾਹਿਬ ਤੁਹਾਡੇ ਨਾਲ ਪ੍ਰਸੰਗ ਸਾਂਝਾ ਕਰਕੇ ਗਏ ਨੇ, ਸਿੱਖ ਰਾਜ ਕਿਵੇਂ ਗਿਆ ਦਾ, ਔਰ ਮੈਨੂੰ ਮਿਲੇ ਨੇ 45 ਮਿੰਟ, ਉਹਦੇ ਵਿੱਚੋਂ ਲਗਭਗ 11 ਕੁ ਮਿੰਟ ਬੀਤ ਗਏ ਨੇ, ਅਤੇ ਮੈਂ ਰਹਿੰਦੇ ਸਮੇਂ ਵਿੱਚ 1 ਵੀ ਮਿੰਟ ਆਪਣੇ ਸਮੇਂ ਤੋਂ ਉੱਪਰ ਨਹੀਂ ਜਾਣਾ, ਔਰ ਰਹਿੰਦੇ ਸਮੇਂ ਵਿੱਚ ਇੱਕ ਪ੍ਰਸੰਗ ਸਿੱਖ ਰਾਜ ਕਿਵੇਂ ਬਣਿਆ ਦਾ, ਸਿੰਘਾਂ ਦੀ ਬਹਾਦਰੀ ਦਾ ਇੱਕ ਪ੍ਰਸੰਗ ਮੈਂ ਰਹਿੰਦੇ ਮਿੰਟਾਂ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰ ਦੇਣਾ।
1763 ਦੀ ਵਿਸਾਖੀ ਖਾਲਸੇ ਨੇ ਮਨਾਈ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ। ਇੱਥੇ ਦੋ ਦਲ ਬਣ ਗਏ, ਬੁੱਢਾ ਦਲ ਅਤੇ ਤਰਨਾ ਦਲ। ਬੁੱਢਾ ਦਲ ਦੇ ਮਾਤਹਿਤ 6 ਮਿਸਲਾਂ ਦੇ ਕੇ ਇਹਨਾਂ ਨੂੰ ਮਾਲਵੇ ਦੀ ਧਰਤੀ ਨੂੰ ਤੋਰ ਦਿੱਤਾ ਗਿਆ, ਕਿਉਂਕਿ ਇਹਨਾਂ ਵਿੱਚ ਬਜ਼ੁਰਗ ਸਨ, ਬੱਚੇ ਸਨ, ਮਾਤਾਵਾਂ ਸਨ। 6 ਮਿਸਲਾਂ ਬੁੱਢੇ ਦਲ ਦੇ ਮਾਤਹਿਤ ਅਤੇ ਮਾਲਵੇ ਦੀ ਧਰਤੀ ਨੂੰ ਚਲੇ ਗਈਆਂ ਔਰ 5 ਮਿਸਲਾਂ ਤਰਨਾ ਦਲ ਦੇ ਮਾਤਹਿਤ ਰਹਿ ਰਹੀਆਂ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ। ਤਰਨਾ ਦਲ ਦਾ ਜਥੇਦਾਰ ਸੀ ਨਿਹੰਗ ਸਿੰਘ ਹਰੀ ਸਿੰਘ ਭੰਗੀ। ਭੰਗੀਆਂ ਦੀ ਮਿਸਲ ਦਾ ਜਥੇਦਾਰ ਸੀ, ਇੱਥੇ ਸੀ ਸ਼ੁਕਰ ਚੱਕੀਆਂ ਦੀ ਮਿਸਲ, ਇੱਥੇ ਸੀ ਰਾਮ ਗੜੀਆਂ ਦੀ ਮਿਸਲ, ਇੱਥੇ ਸੀ ਨਕਈਆਂ ਦੀ ਮਿਸਲ ਅਤੇ ਕਨਈਆਂ ਦੀ ਮਿਸਲ। 5 ਮਿਸਲਾਂ 'ਤੇ 15,000 ਖਾਲਸਾ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿ ਰਿਹਾ ਸੀ। ਉਹਦਾ ਕਾਰਨ ਸੀ ਕਿ ਜਦੋਂ ਵੀ ਕੋਈ ਕਾਬਲ ਕੰਧਾਰ ਵੱਲੋਂ ਚੜ੍ਹ ਕੇ ਆਉਂਦਾ, ਉਹਦਾ ਸਭ ਤੋਂ ਪਹਿਲੋਂ ਧਿਆਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਢਾਉਣ ਵਾਸਤੇ, ਅਡਾਉਣ ਵਾਸਤੇ, ਇਸ ਸਰੋਵਰ ਨੂੰ ਪੂਰਨ ਵਾਸਤੇ ਹੁੰਦਾ ਹੈ। ਇਸ ਵਾਸਤੇ 15,000 ਖਾਲਸਾ 5 ਮਿਸਲਾਂ ਤਰਨਾ ਦਲ ਦੀ ਜਥੇਦਾਰੀ ਹੇਠ ਇੱਥੇ ਰਹਿ ਰਹੀਆਂ ਸੀ। ਮਹੀਨਾ ਆ ਗਿਆ ਜੇਠ ਦਾ, ਸਾਰੀਆਂ ਮਿਸਲਾਂ ਦੇ ਜਥੇਦਾਰ ਖਾਲਸੇ ਨੂੰ ਭਾਸ਼ਣ ਦੇ ਰਹੇ ਸਨ, ਤਕਰੀਰ ਕਰ ਰਹੇ ਸਨ, ਆਪੋ ਆਪਣੀਆਂ ਵਿਚਾਰਾਂ ਦੇ ਰਹੇ ਸਨ। ਇਹ ਸਾਰਿਆਂ ਦੀਆਂ ਵਿਚਾਰਾਂ, ਕਸੂਰ ਤੋਂ ਆਇਆ ਹੋਇਆ ਇੱਕ ਗਰੀਬ ਪੰਡਿਤ, ਉਹ ਬੈਠਾ ਹੋਇਆ ਮਗਰਲੇ ਪਾਸੇ ਸੁਣਦਾ ਸੀ। ਸਾਰੇ ਜਥੇਦਾਰ ਆਪੋ ਆਪਣਾ ਭਾਸ਼ਣ ਦੇ ਕੇ ਬੈਠਦੇ ਗਏ। ਵਾਰੀ ਆਈ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਏ ਦੀ, ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦੀ। ਉਹ ਵੀ ਆਪਣੇ ਵਿਚਾਰ ਦੇ ਕੇ ਬੈਠ ਗਿਆ। ਸਭ ਤੋਂ ਅਖੀਰ 'ਤੇ ਵਾਰੀ ਆਈ ਤਰਨਾ ਦਲ ਦੇ ਜਥੇਦਾਰ ਨਿਹੰਗ ਸਿੰਘ ਹਰੀ ਸਿੰਘ ਭੰਗੀ ਦੀ। 6.5 ਫੁੱਟ ਦੇ ਕਰੀਬ ਜਵਾਨ ਸੀ ਨਿਹੰਗ ਸਿੰਘ, ਤਕਰੀਰ ਕਰ ਰਿਹਾ ਸੀ, ਭਾਸ਼ਣ ਦੇ ਰਿਹਾ ਸੀ, ਵਿਚਾਰ ਦੇ ਰਿਹਾ ਸੀ। ਕਹਿੰਦਾ, ਖਾਲਸਾ ਜੀ, ਤੁਹਾਨੂੰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਗਰੀਬਾਂ ਦੀ, ਦੁਖੀਆਂ ਦੀ, ਨਿਮਾਣਿਆਂ ਦੀ, ਲਤਾੜਿਆਂ ਦੀ ਰਾਖੀ ਕਰਨ ਵਾਸਤੇ ਪੈਦਾ ਕੀਤਾ ਹੈ। ਫਰਜ਼ ਕਰੋ ਖਾਲਸਾ ਜੀ, ਤੁਸੀਂ ਕਰਦੇ ਹੋਵੋ ਨਿਤਨੇਮ, ਅਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਜ਼ਾਲਮ, ਕੋਈ ਜੁਰਮਾਨਾ ਕਿਸੇ ਗਰੀਬ ਨੂੰ ਕੋਹ ਰਿਹਾ ਹੋਵੇ, ਕਿਸੇ ਗਰੀਬ ਨੂੰ ਤੰਗ ਕਰਦਾ ਹੋਵੇ, ਫਿਰ ਖਾਲਸਾ ਜੀ ਨਿਤਨੇਮ ਵਿੱਚ ਹੀ ਛੱਡ ਦਿਓ। ਗੁਰੂ ਦੀ ਦਿੱਤੀ ਹੋਈ ਬਖਸ਼ਿਸ਼, 3.5 ਫੁੱਟੀ ਤਲਵਾਰ ਖਿੱਚ ਕੇ ਉਸ ਜ਼ਾਲਮ ਜੁਰਮਾਨੇ ਦੇ ਡੱਕਰੇ ਕਰ ਦਿਓ, ਤੁਹਾਡਾ ਅਸਲੀ ਨਿਤਨੇਮ ਇਹੀ ਹੋਏਗਾ। ਹਰੀ ਸਿੰਘ ਭੰਗੀ ਇਹ ਭਾਸ਼ਣ ਦੇ ਰਿਹਾ ਸੀ। ਹਰੀ ਸਿੰਘ ਭੰਗੀ ਦਾ ਭਾਸ਼ਣ ਸੁਣਦਾ ਇਹ ਗਰੀਬ ਪੰਡਿਤ ਕਸੂਰ ਤੋਂ ਆਇਆ ਹੋਇਆ ਹੌਂਸਲਾ ਜਿਹਾ ਕਰਕੇ ਉੱਠਿਆ ਅਤੇ ਸਰਦਾਰ ਹਰੀ ਸਿੰਘ ਭੰਗੀ ਦੇ ਲਾਗੇ ਆ ਗਿਆ। ਕਹਿੰਦਾ, ਜਥੇਦਾਰ ਜੀ, ਜਿਹੜਾ ਭਾਸ਼ਣ ਤੁਸਾਂ ਨੇ ਪਹਿਲਾਂ ਦਿੱਤਾ ਹੈ, ਜਿਹੜੀ ਤਕਰੀਰ ਤੁਸਾਂ ਨੇ ਪਹਿਲਾਂ ਕੀਤੀ ਆ, ਜਿਹੜੇ ਵਿਚਾਰ ਤੁਸਾਂ ਨੇ ਪਹਿਲਾਂ ਦਿੱਤੇ ਨੇ, ਇੱਕ ਵਾਰੀ ਦੁਬਾਰਾ ਰਿਪੀਟ ਕਰਿਆ ਜੀ। ਹਰੀ ਸਿੰਘ ਭੰਗੀ ਨੇ ਫਿਰ ਆਖਿਆ, ਖਾਲਸਾ ਜੀ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਪੰਥ ਖਾਲਸਾ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ, ਅੰਮ੍ਰਿਤ ਛਕਾ ਕੇ, ਸਿੰਘ ਸ਼ੇਰ ਬਣਾ ਕੇ ਇਹ ਗਰੀਬਾਂ ਅਤੇ ਦੁਖੀਆਂ ਦੀ ਰਾਖੀ ਕਰਨ ਵਾਸਤੇ ਪੈਦਾ ਕੀਤਾ ਹੋਇਆ। ਜਦੋਂ ਇਹ ਗੱਲ ਸੁਣੀ ਹਰੀ ਸਿੰਘ ਭੰਗੀ ਦੇ ਕੋਲੋਂ ਇਸ ਗਰੀਬ ਪੰਡਿਤ ਨੇ, ਧਾਹਾਂ ਮਾਰ ਕੇ ਰੋ ਪਿਆ ਗਰੀਬ ਪੰਡਿਤ। ਉਹਨੇ ਆਖਿਆ, ਖਾਲਸਾ ਜੀ, ਮੈਂ ਆ ਕਸੂਰ ਦੇ ਰਹਿਣ ਵਾਲਾ, ਗਰੀਬ ਪੰਡਿਤਿਆਂ ਦੇ ਮੇਰੇ ਸ਼ਹਿਰ ਦਾ ਹਾਕਮ ਉਸਮਾਨ ਖਾਂ ਬੜਾ ਹੰਕਾਰਿਆ ਹੋਇਆ। ਮੈਂ ਅਤੇ ਮੇਰੀ ਘਰਵਾਲੀ ਬਾਜ਼ਾਰ ਵਿੱਚ ਗਏ ਸੀ ਸਬਜ਼ੀ ਖਰੀਦਣ ਵਾਸਤੇ। ਕਹਿੰਦਾ, ਉਹ ਹੰਕਾਰੀ ਖਾਨ ਆਇਆ, ਮੇਰੀ ਘਰ ਦੀ ਨੂੰ ਚੁੱਕ ਕੇ ਆਪਣੇ ਘੋੜੇ 'ਤੇ ਬਿਠਾ ਕੇ ਆਪਣੇ ਮਹਿਲਾਂ ਨੂੰ ਲੈ ਗਿਆ। ਮੈਂ ਉਹਦੇ ਦਰਵਾਜ਼ੇ ਨਾਲ ਬੜਾ ਸਿਰ ਮਾਰਿਆ, ਪਰ ਕਿਸੇ ਨੇ ਨਹੀਂ ਸੁਣੀ, ਮੈਂ ਬੜਿਆਂ ਕੋਲ ਫਰਿਆਦੀ ਹੋਇਆ। ਖਾਲਸਾ ਜੀ, ਗਰੀਬ ਦੀ ਕੋਈ ਨਹੀਂ ਜੇ ਸੁਣਦਾ। ਸਿਆਣੇ ਕਹਿੰਦੇ ਹੁੰਦੇ ਨਾ, ਯੋਰਾਵਰਾਂ ਦਾ 27 100 ਹੈ,
ਇਹ ਹਾਲ ਮੇਰੇ ਨਾਲ ਹੋ ਰਿਹਾ, ਮੇਰੀ ਕਿਸੇ ਨੇ ਫਰਿਆਦ ਨਹੀਂ ਸੁਣੀ। ਹੁਣ ਮੈਂ ਤੁਹਾਡੇ ਦਰਬਾਰ ਵਿੱਚ ਆਇਆ, ਮੈਨੂੰ ਪਤਾ ਕਿ ਗੁਰੂ ਕਾ ਖਾਲਸਾ ਗਰੀਬਾਂ ਦੀ ਮਦਦ ਕਰਦਾ ਹੈ, ਖਾਲਸਾ ਦੀ ਬੌੜੀ ਆ, ਮੇਰੀ ਮਦਦ ਕੀਤੀ ਜਾਵੇ। ਹਰੀ ਸਿੰਘ ਭੰਗੀ ਨੇ ਕਲਾਵੇ ਵਿੱਚ ਲੈ ਕੇ ਇਸ ਗਰੀਬ ਪੰਡਿਤ ਨੂੰ 15,000 ਖਾਲਸੇ ਨੂੰ ਸੰਬੋਧਨ ਹੋ ਕੇ ਕੀ ਆਖਿਆ, ਆਖਿਆ ਖਾਲਸਾ ਜੀ, ਜਿੰਨਾ ਚਿਰ ਵੈਰੀ ਨੂੰ ਇੰਨਾ ਬਾਹਾਂ ਦਾ ਜ਼ੋਰ ਨਾ ਵਿਖਾਇਆ ਗਿਆ, ਜਿੰਨਾ ਚਿਰ ਵੈਰੀ ਨੂੰ ਇੰਨਾ ਡੌਲਿਆਂ ਵਿੱਚ ਜਿਹੜੀ ਤਾਕਤ ਹੈ ਉਹ ਨਾ ਵਿਖਾਈ ਜਾਵੇ, ਉਹਨਾਂ ਚਿਰ ਕੋਈ ਮੰਨਦਾ ਨਹੀਂ ਜੇ ਹੁੰਦਾ। ਇਸ ਕਰਕੇ ਉਸ ਉਸਮਾਨ ਖਾਨ ਨੂੰ ਇਹਨਾਂ ਬਾਹਾਂ ਦੀ ਤਾਕਤ ਵਿਖਾਉਣੀ ਪਏਗੀ, ਇਸ ਗਰੀਬ ਦੀ ਮਦਦ ਕਰਨੀ ਪਏਗੀ। ਹਰੀ ਸਿੰਘ ਭੰਗੀ ਨਿਹੰਗ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖਲੋ ਕੇ 15,000 ਖਾਲਸੇ ਨੂੰ ਵੰਗਾਰ ਕੇ ਕੀ ਆਖਿਆ, ਆਖਿਆ ਲੋਕ ਜਿਨ੍ਹਾਂ ਦਾ ਜ਼ੋਰ ਵੇਖਦੇ ਕਰਦੇ 7 ਸਲਾਮਾਂ। ਪੰਡਿਤ ਤੋਂ ਜਦ ਸੁਣੀ ਸਿੰਘਾਂ ਨੇ ਦਰਦ ਭਰੀ ਕਹਾਣੀ, ਨਾਲ ਜੋਸ਼ ਦੇ ਡੋਲੇ ਫਰਕੇ ਜਾਗੀ ਅਣਖ ਪੁਰਾਣੀ। ਨੌਕਰ ਛੁੱਟੀ ਕਰ ਨਹੀਂ ਸਕਦੇ, ਸਿਰ ਤੇ ਪੈ ਜਾਣ ਸ਼ਾਮਾਂ, ਲੋਕ ਜਿਨ੍ਹਾਂ ਦਾ ਜ਼ੋਰ ਵੇਖਦੇ ਕਰਦੇ 7 ਸਲਾਮਾਂ। ਰਾਮ ਚੰਦਰ ਦੀ ਰਣ ਦੇ ਅੰਦਰ ਤਾਈਓ ਹੀ ਜਿੱਤ ਹੋਈ, ਕਿਉਂਕਿ ਰਣ ਵਿੱਚ ਲੜ ਕੇ ਉਸ ਨੂੰ ਜਿੱਤ ਨਾ ਸਕਿਆ ਕੋਈ। ਕਿਧਰੇ ਸੀਤਾ ਲੱਭਦੀ ਫਿਰਦੀ ਕਰਦੀ ਰਾਮਾ ਰਾਮਾ, ਲੋਕ ਨਾ ਦਾ ਜ਼ੋਰ ਵੇਖਦੇ ਕਰਦੇ 7 ਸਲਾਮਾਂ। ਜਹਾਂਗੀਰ ਦੀ ਛੇਵੇਂ ਗੁਰ ਨਾਲ ਜਦੋਂ ਪੇਸ਼ ਨਾ ਚੱਲੀ, ਜਹਾਂਗੀਰ ਦੀ ਛੇਵੇਂ ਗੁਰ ਨਾਲ ਜਦੋਂ ਪੇਸ਼ ਨਾ ਚੱਲੀ, ਖਾਨ ਮਜੀਰੇ ਹੱਥ ਗੁਰਾਂ ਦੀ ਤੁਰਤ ਰਿਹਾਈ ਕੱਲੀ। ਬੰਦੀ ਛੋੜ ਦੇ ਚਰਨਾਂ ਉੱਤੇ ਰੱਖੇ ਸੀ ਸਗਲਾਮਾਂ, ਲੋਕ ਜਿਨ੍ਹਾਂ ਦਾ ਜ਼ੋਰ ਵੇਖਦੇ ਕਰਦੇ 7 ਸਲਾਮਾਂ। ਪਰ ਉਪਕਾਰ ਦੀ ਖਾਤਰ ਚੱਲੇ ਸੂਰਜ ਸਿੰਘ ਬਲਕਾਰੀ, ਖਾਲਸਾ ਖਾਲਸਾ ਰੂਪ ਗੁਰਾਂ ਦਾ ਕਹਿੰਦੀ ਦੁਨੀਆਂ ਸਾਰੀ। ਇਹ ਕੀਤਾ ਅਰਦਾਸਾ, ਕਿਉਂਕਿ ਸਤਿਗੁਰ ਦੇ ਦਰੀ ਉੱਤੋਂ ਕੋਈ ਨਾ ਮੁੜੇ ਨਰਾਸਾ। ਪੰਡਿਤ ਦੇ ਨੁਕਸਾਨ ਹੋਏ ਦਾ ਚੱਲੇ ਲਾਉਣੀ ਅਲਾਮਾ, ਲੋਕ ਜਿਨ੍ਹਾਂ ਦਾ ਜ਼ੋਰ ਵੇਖਦੇ ਕਰਦੇ 7 ਸਲਾਮਾਂ। ਸੀ ਉਦਰੀ ਅਰਦਾਸਾ ਕਰਦੀ ਪੰਡਿਤ ਦੀ ਪੰਡਤਾਣੀ, ਪਹੁੰਚੇ ਸਿੰਘ ਕਸੂਰ ਚ ਜਾ ਕੇ ਸਮੇਂ ਦੀ ਰਮਜ ਪਛਾਣੀ। ਲੋਕ ਚੌਂਦੇ ਜਾਨ ਬਚਾਉਣੀ ਕੀ ਮਿਤਾ ਕੀ ਗਾਮਾ, ਲੋਕ ਜਿਨ੍ਹਾਂ ਦਾ ਜ਼ੋਰ ਵੇਖਦੇ ਕਰਦੇ 7 ਸਲਾਮਾਂ। ਉਧਰ ਜਿਸ ਦਮ ਸੁਣੇ ਖਾਨ ਨੇ ਸਿੰਘਾਂ ਦੇ ਜੰਕਾਰੇ, ਮੁਗਲ ਬੇਟੀਓ ਤਗੜੇ ਹੋ ਜੋ ਖਾਨਾਂ ਨੂੰ ਵੰਗਾਰੇ। ਦਸਵੀਂ ਫੜ ਕੇ ਖਾਨ ਮਾਲ ਵੀ ਪੜਦੇ ਫਿਰਨ ਕਲਾਮਾਂ, ਲੋਕ ਜਿਨ੍ਹਾਂ ਦਾ ਜ਼ੋਰ ਵੇਖਦੇ ਕਰ
ਖਾਨਾ ਦਾ ਵਰਤੀਰਾ ਪੰਡਤ ਦੀ ਮਦਦ ਲਈ ਡਟ ਗਏ ਮੱਖਣ ਮਸਤ ਜਗੀਰਾ ਜੋਗੀ ਪਾਰਸ ਦੇ ਨਾਲ ਛੋ ਕੇ ਰੰਗ ਮਿਟਾ ਲਉ ਤਮਾ ਕਵੀਸ਼ਰ ਮੱਸਾ ਸਿੰਘ ਜੀ ਸਵਰਾਵ ਦੀ ਚੜ੍ਹਦੀ ਕਲਾ ਵਾਸਤੇ ਮਾਇਆ ਅਰਦਾਸ ਹੈ ਉਹਨਾਂ ਦੇ ਬੇਟੇ ਵੱਲੋਂ ਅਤੇ ਇਦੋਂ ਵੱਡੀ ਹੋਰ ਕੀ ਚੜ੍ਹਦੀ ਕਲਾ ਹੋ ਸਕਦੀ ਹੈ। ਅਜੇ 32-34 ਸਾਲ ਦੀ ਉਮਰ ਹੈ ਮੱਸਾ ਸਿੰਘ ਸਵਰਾਵ ਦੀ ਅਤੇ 3-4 ਗੇੜੇ ਕੈਨੇਡਾ ਦੀ ਧਰਤੀ 'ਤੇ ਲਾ ਆਇਆ। ਦੁਨੀਆ ਦਾ ਬੜਾ ਵਧੀਆ ਦੇਸ਼ ਹੈ ਕੈਨੇਡਾ, ਅਸੀਂ 6 ਵਾਰ ਲਗਾਤਾਰ ਉੱਥੇ ਜਾ ਕੇ ਆਏ ਹਾਂ, ਭਾਵੇਂ ਅਮੈਰੀਕਾ ਵੀ ਵੇਖਿਆ ਪਰ ਅਮੈਰੀਕਾ ਨਾਲੋਂ ਕੈਨੇਡਾ ਚੰਗਾ। 4 ਕੁ ਗੇੜੇ ਅਮੈਰੀਕਾ ਦੇ ਲਾਏ ਆ, 2 ਟੂਰ ਹੁਣ ਇੰਗਲੈਂਡ ਦੇ ਲਾ ਕੇ ਆਏ ਹਾਂ। ਲਗਭਗ 15 ਕੁ ਦੇਸ਼ ਮੈਂ ਹੁਣ ਤੱਕ ਵੇਖ ਚੁੱਕਾ, ਲੇਕਿਨ 15 ਦੇ ਵਿੱਚੋਂ ਕੈਨੇਡਾ ਦੇਸ਼ ਬਹੁਤ ਵਧੀਆ ਹੈ ਰਹਿਣ ਸਹਿਣ ਵਾਸਤੇ। ਅਤੇ ਉੱਥੇ ਗਿਆ ਹੋਇਆ ਗਿਆਨੀ ਮੱਸਾ ਸਿੰਘ ਸਵਰਾ, ਗਿਆਨੀ ਹਰਭਜਨ ਸਿੰਘ ਜੀ ਸਵਰਾ ਦਾ ਨੇਕ ਸਪੁੱਤਰ। ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਨੂੰ ਹੋਰ ਚੜ੍ਹਦੀ ਕਲਾ ਬਖਸ਼ੀ। ਇੱਕ ਛੋਟੀ ਜਿਹੀ ਬੱਚੀ 50 ਰੁਪਏ ਅਰਦਾਸ ਕਰਾ ਕੇ ਗਏ ਨੇ, ਇੱਕ ਬਜ਼ੁਰਗ 100 ਰੁਪਇਆ ਅਰਦਾਸ ਕਰਾ ਕੇ ਗਏ ਨੇ, ਨਾਲੇ ਉਹ ਗੱਲ ਇੱਕ ਕਹਿ ਕੇ ਗਏ ਨੇ, ਕਹਿੰਦੇ ਠੀਕ ਹੈ ਤੁਸੀਂ ਇਤਿਹਾਸ ਸੁਣਾ ਰਹੇ ਹੋ ਸਿੱਖ ਰਾਜ ਕਿਵੇਂ ਬਣਿਆ ਦਾ। ਕਹਿੰਦੇ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਸਿੱਖ ਰਾਜ ਬਣਾ ਲਿਆ ਸੀ, ਪਰ ਉਹ ਡੋਗਰਿਆਂ ਨੇ ਮੁੜ ਕੇ ਬਰਬਾਦ ਵੀ ਕਰ ਦਿੱਤਾ। ਗੁਰੂ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਲੈ ਕੇ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਡੌਲੇ ਨੂੰ ਕੋਹੇ ਨੂਰ ਹੀਰਾ ਵੱਜਾ, 10.5 ਲੱਖ ਮਾਈ ਭਾਈ ਨੇ ਉਸ ਵੇਲੇ ਤੱਕ ਸ਼ਹਾਦਤਾਂ ਦਾ ਜਾਮ ਪੀ ਲਿਆ ਸੀ ਅਤੇ ਰਾਜ ਕਰਨ ਵਾਲੀ ਕੌਮ ਦੀ ਗਿਣਤੀ ਉਸ ਵੇਲੇ 6.25 ਲੱਖ ਦੇ ਕਰੀਬ ਰਹਿ ਗਈ ਸੀ। ਭਾਵ ਕਿ ਦੁੱਗਣੇ ਸਿੰਘਾਂ ਨੇ ਸ਼ਹਾਦਤਾਂ ਦੇ ਕੇ ਅਤੇ ਰਾਜ ਕਾਇਮ ਕਰ ਲਿਆ। 40 ਸਾਲ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ, 40 ਸਾਲਾਂ ਵਿੱਚ ਇੱਕ ਵੀ ਬੰਦੇ ਨੂੰ ਸਜਾਏ ਮੌਤ ਸਜਾਏ ਫਾਂਸੀ ਨਹੀਂ ਦਿੱਤੀ ਗਈ। ਪਰ ਉਹ ਧਿਆਨ ਸਿੰਘ ਡੋਗਰੇ ਹੋਣੀ ਜਿਹੜੇ 3-3 ਰੁਪਈਏ ਮਹੀਨੇ ਦੀ ਤਨਖਾਹ 'ਤੇ ਪਹਿਰੇਦਾਰ ਭਰਤੀ ਕੀਤੇ ਸੀ, ਉਹ ਆਪਣੀਆਂ ਚਲਾਕੀਆਂ ਨਾਲ ਇੰਨਾ ਨੇੜੇ ਆ ਗਏ, ਅੰਗਰੇਜ਼ਾਂ ਦੇ ਨਾਲ ਸੰਧੀ ਹੋ ਗਈ ਅਤੇ ਉਹਨਾਂ ਨੇ ਸਿੱਖ ਰਾਜ ਬਰਬਾਦ ਕਰ ਦਿੱਤਾ। ਸੋ ਹੁਣ ਸਿੱਖੋ, ਸਾਨੂੰ ਫਿਰ ਸਿੱਖ ਰਾਜ ਦੀ ਲੋੜ ਹੈ ਔਰ ਇਹ ਸਿੱਖ ਰਾਜ ਤੁਸੀਂ ਬਣਾ ਸਕਦੇ। ਪੰਜਾਬ ਵਿੱਚ ਬੜੀਆਂ ਪਾਰਟੀਆਂ ਆਈਆਂ ਨੇ, ਅਕਾਲੀ ਵੀ ਆਏ, ਕਾਂਗਰਸੀ ਵੀ ਆਏ, ਆ ਝਾੜੂ ਵਾਲੇ ਵੀ ਆਏ। ਮੇਰਾ ਨਾ ਕਿਸੇ ਨਾਲ ਨੇੜਿਆ ਅਤੇ ਨਾ ਕਿਸੇ ਨਾਲ ਦੁਸ਼ਮਣੀ ਆ, ਲੇਕਿਨ ਸੱਚੀ ਗੱਲ ਤੁਹਾਡੇ ਨਾਲ ਜ਼ਰੂਰ ਕਰਾਂਗਾ। ਜੇ ਤੁਹਾਡਾ ਭਲਾ ਹੋ ਸਕਦਾ ਹੈ ਤਾਂ ਫਿਰ ਪੰਥ ਦਾ ਇੱਕੋ ਹੀ ਇੱਕ ਹੈ, ਅਕਾਲੀ ਦਲ ਪਹਿਰੇਦਾਰ। ਪਰ ਮੈਂ ਅਕਾਲੀ ਦਲ ਦੇ ਲੀਡਰਾਂ ਨੂੰ ਬੇਨਤੀ ਕਰਾਂਗਾ ਕਿ ਕੁਛ ਅਕਾਲੀ ਜਿਹੜੇ ਆ ਉਹ ਪਾਰਟੀ ਵਿੱਚੋਂ ਪਾਸੇ ਨੂੰ ਜਾ ਰਹੇ। ਗੱਲ ਤਾਂ ਅਹੁਦਿਆਂ ਦੀ ਹੁੰਦੀ ਹੈ ਅਤੇ ਜੇ ਅਹੁਦਿਆਂ ਨੂੰ ਜੱਫਾ ਨਾ ਮਾਰਿਆ ਜਾਵੇ, ਥੋੜ੍ਹਾ ਬਾਹਲਾ ਆਸਾ ਪਾਸਾ ਕਰਕੇ ਜਿਹੜੇ ਜ਼ਿਆਦਾ ਜਾਣ ਵਾਲੇ ਆ ਕੋਈ ਉਹਨਾਂ ਨੂੰ ਅਹੁਦੇ ਦਿੱਤੇ ਜਾਣ, ਕੋਈ ਥੋੜ੍ਹੀ ਬਾਹਲੀ ਤਬਦੀਲੀ ਕੀਤੀ ਜਾਵੇ ਤਾਂ ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ। ਅਤੇ ਅਕਾਲੀ ਦਲ ਆ ਜਿਹੜਾ ਤੁਹਾਡੇ ਵੱਡਿਆਂ ਨੇ ਸ਼ਹਾਦਤਾਂ ਦੇ ਕੇ ਕਾਇਮ ਕੀਤਾ ਸੀ, ਜਥੇਦਾਰ ਮੋਹਨ ਸਿੰਘ ਤੁੜ ਵਰਗੇ ਅਕਾਲੀ, ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਬਰਫ਼ 'ਤੇ ਲੰਮਿਆਂ ਪਾ ਛੱਡਿਆ, ਲੇਕਿਨ ਉਹ ਕਿਸੇ ਦੀ ਈਨ ਨਹੀਂ ਸੀ ਮੰਨਿਆ। ਇਸ ਤਰ੍ਹਾਂ ਦੇ ਅਕਾਲੀ ਪੈਦਾ ਕਰੀਏ। ਦਰਸ਼ਨ ਸਿੰਘ ਫੇਰੂਮਾਨ 74 ਦਿਨ ਦੀ ਭੁੱਖ ਹੜਤਾਲ ਕੱਟ ਕੇ ਸ਼ਹਾਦਤ ਦਾ ਜਾਮ ਪੀ ਗਿਆ, ਲੇਕਿਨ ਉਹਨੇ ਸਰਕਾਰ ਦੀ ਗੱਲ ਨਾ ਮੰਨੀ।
ਉਹਨੇ ਵੀ ਇਸੇ ਗੱਲ 'ਤੇ ਭੁੱਖ ਹੜਤਾਲ ਰੱਖੀ ਸੀ ਨਾ, ਸਾਨੂੰ ਪੰਜਾਬੀ ਬੋਲਦੇ ਇਲਾਕੇ ਚਾਹੀਦੇ ਆ, ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਉਹ ਸਾਨੂੰ ਚਾਹੀਦਾ ਏ, ਔਰ ਪਾਣੀਆਂ 'ਤੇ ਹੱਕ ਸਾਡਾ ਏ। ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਉਹ ਸ਼ਹਾਦਤ ਦਾ ਜਾਮ ਪੀ ਗਿਆ। ਮੈਂ ਫਿਰ ਬੇਨਤੀ ਕਰੂੰਗਾ ਕਿ ਆਪੋ ਆਪਣੇ ਹਲਕੇ ਦੇ ਅਕਾਲੀ ਲੀਡਰਾਂ ਨੂੰ ਬੇਨਤੀ ਕਰੋ ਕਿ ਥੋੜ੍ਹਾ ਬਾਲਾ ਅਹੁਦਿਆਂ 'ਤੇ ਤਿਆਗ ਕਰਕੇ ਜਿਹੜੇ ਜ਼ਿਆਦਾ ਚਾਹੁੰਦੇ ਉਹਨਾਂ ਨੂੰ ਦੇ ਕੇ ਅਹੁਦਾ ਇੱਕ ਵਾਰੀ ਵੇਖ ਲਓ, ਅਤੇ ਇਸ ਅਕਾਲੀ ਦਲ ਨੂੰ ਸੁਰਜੀਤ ਕਰਨਾ ਬੜਾ ਜ਼ਰੂਰੀ ਹੈ ਜੇ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ। ਤੁਸੀਂ ਵੇਖਿਆ ਹੀ ਆ ਪਹਿਲੀਆਂ ਸਰਕਾਰਾਂ ਨੇ ਕੀ ਕੀਤਾ, ਜਿਹੜੀ ਆ ਹੁਣ ਸਰਕਾਰ ਆਈ ਹੈ, ਜੇ ਵੀਰ ਅੰਮ੍ਰਿਤਪਾਲ ਸਿੰਘ ਖਾਲਸਾ ਅੰਮ੍ਰਿਤ ਛਕਾ ਰਿਹਾ ਸੀ, ਵਹੀਰ ਕੱਢ ਰਿਹਾ ਸੀ, ਉਹਨੂੰ ਫੜ ਕੇ ਅੰਦਰ ਦੇ ਦਿੱਤਾ, ਅਤੇ ਉਹਨਾਂ ਨੂੰ ਹੁਣ ਬੜਾ ਤੰਗ ਕੀਤਾ ਜਾ ਰਿਹਾ ਇਸ ਵੇਲੇ ਸਾਰਿਆਂ ਨੂੰ। ਇਸ ਕਰਕੇ ਮੇਰਾ ਇਹ ਵਿਸ਼ਾ ਨਹੀਂ, ਮੇਰੇ ਕੋਲ ਸਮਾਂ ਥੋੜ੍ਹਾ ਹੈ। ਮੈਨੂੰ ਭਾਈ ਸਾਹਿਬ ਹੁਣਾਂ ਨੇ ਕਿਹਾ ਸੀ ਅਤੇ ਮੈਂ ਉਹ ਗੱਲ ਦੀ ਤਾਈਦ ਕੀਤੀ ਹੈ ਕਿ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਵਾਸਤੇ ਵੱਡਾ ਯੋਗਦਾਨ ਪਾਓ ਅਤੇ ਅਕਾਲੀ ਦਲ ਨੂੰ ਕਾਇਮ ਕਰਕੇ ਫਿਰ ਪੰਜਾਬ ਵਿੱਚ ਤੁਹਾਡਾ ਖਾਲਸਿਆਂ ਦਾ ਪੰਜਾਬ ਵਾਲਿਆਂ ਦਾ ਰਾਜ ਹੋ। ਹਰੀ ਸਿੰਘ ਭੰਗੀ ਨੇ ਆਖਿਆ ਪੰਡਤਾਂ ਤੇਰੀ ਮਦਦ ਕੀਤੀ ਜਾਏਗੀ। ਹਰੀ ਸਿੰਘ ਭੰਗੀ ਨੇ ਆਖਿਆ ਪੰਡਿਤ ਜੀ ਨਾਲ ਜਾਣਾ ਪਏਗਾ। ਇਹ ਡਰਦਾ ਹੋਇਆ ਪੰਡਿਤ ਕਹਿ ਰਿਹਾ ਸੀ ਖਾਲਸਾ ਜੀ ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਦੇ ਭਾਂਡੇ ਮਾਂਜ ਲੈਣ ਦਿਓ, ਮੇਰੀ ਘਰਵਾਲੀ ਛੁਡਵਾ ਕੇ ਲੈ ਆਓ, ਮੈਂ ਫਿਰ ਆਪਣੇ ਘਰ ਨੂੰ ਚਲਾ ਜਾਵਾਂਗਾ। ਹਰੀ ਸਿੰਘ ਭੰਗੀ ਨੇ ਸੋਚਿਆ ਡਰਦਾ ਇਹ ਪੰਡਿਤ। ਇੱਕ ਨਿਹੰਗ ਸਿੰਘ ਨੂੰ ਕੀਤਾ ਇਸ਼ਾਰਾ, ਉਹਨੇ ਭਰਿਆ ਕਲਾਵਾ ਇਸ ਪੰਡਿਤ ਦਾ, ਚੁੱਕ ਕੇ ਹਰੀ ਸਿੰਘ ਭੰਗੀ ਦੇ ਪਿੱਛੇ ਰੱਖ ਦਿੱਤਾ। ਹਰੀ ਸਿੰਘ ਭੰਗੀ ਨੇ ਆਪਣਾ ਕਮਰ ਕੱਸਾ ਖੋਲ੍ਹ ਕੇ ਪੰਡਿਤ ਨੂੰ ਵਿੱਚ ਵੜ ਲਿਆ ਕਿ ਇਹ ਨਾ ਹੋ ਮੈਂ ਘੋੜੇ ਨੂੰ ਅੱਡੀ ਲਾਵਾਂ, ਘੋੜਾ ਦੌੜੇ ਅਤੇ ਪੰਡਿਤ ਵਿਚਾਰਾ ਕਿਤੇ ਘੋੜੇ ਤੋਂ ਡਿੱਗ ਕੇ ਲੱਤ ਬਾਹ ਤੜਾਉਂਦਾ ਹੋਵੇ। ਹਰੀ ਸਿੰਘ ਭੰਗੀ ਨੇ ਆਖਿਆ ਖਾਲਸਾ ਜੀ ਹੁਣ ਆਪਾਂ ਨੂੰ ਚੱਲਣਾ ਪਏਗਾ। ਸਰਦਾਰ ਚੜ ਸਿੰਘ ਨੇ ਆਖਿਆ ਹਰੀ ਸਿੰਘਾ ਵੇਖ ਲੈ, ਉਸ ਕਸੂਰ ਸ਼ਹਿਰ ਨੂੰ ਅੱਜ ਤੱਕ ਖਾਲਸੇ ਨੇ ਕਦੇ ਹਮਲਾ ਕਰਕੇ ਲੁੱਟਿਆ ਨਹੀਂ, ਕੋਈ ਆਮ ਸ਼ਹਿਰ ਨਹੀਂ ਗਾ, 12 ਕਿਲੇ ਨੇ ਉਸ ਸ਼ਹਿਰ ਦੇ, 12 ਦਰਵਾਜ਼ੇ ਨੇ ਉਸ ਸ਼ਹਿਰ ਦੇ, ਉਹਨਾਂ ਨੂੰ ਬੰਦ ਕੀਤਾ ਜਾਂਦਾ, ਫਿਰ ਨਾ ਕੋਈ ਅੰਦਰੋਂ ਬਾਹਰ ਜਾ ਸਕਦਾ ਅਤੇ ਨਾ ਕੋਈ ਬਾਹਰੋਂ ਅੰਦਰ ਆ ਸਕਦਾ। ਇਸ ਕਰਕੇ ਸਾਡੀ ਰਾਇ ਹੈ ਕਿ ਮਾਲਵੇ ਵਾਲੀਆਂ ਸ਼ਿਆ ਮਿਸਲਾਂ ਨੂੰ ਸੁਨੇਹਾ ਭੇਜਿਆ ਜਾਵੇ। ਹਰੀ ਸਿੰਘ ਭੰਗੀ ਨੇ ਆਖਿਆ ਖਾਲਸਾ ਜੀ ਗੱਲ ਤੁਹਾਡੀ ਠੀਕ ਹੈ, ਸੁਨੇਹਾ ਭੇਜ ਦਿੰਦੇ ਹਾਂ, ਪਰ ਜੇ ਉਹਨਾਂ ਨੂੰ ਇੱਥੇ ਉਡੀਕਦੇ ਰਹੇ 2-3 ਦਿਨ ਸੁਨੇਹਾ ਦੇਣ ਵਾਲਾ ਲੱਗ ਜਾਏਗਾ, 2-3 ਦਿਨ ਖਾਲਸੇ ਨੂੰ ਆਉਂਦਿਆਂ ਲੱਗ ਜਾਣਗੇ, 4-5 ਦਿਨ ਇਹ ਗਰੀਬ ਪੰਡਿਤ ਵਿਚਾਰਾ ਇੱਥੇ ਕਰਲਾਉਂਦਾ ਰਹੇਗਾ, ਇਹਦੀ ਘਰਵਾਲੀ ਪੰਡਤਾਣੀ ਉੱਥੇ ਭੁੱਖੀ ਤਿਆਈ ਤੜਫਦੀ ਰਹੇਗੀ। ਇਸ ਕਰਕੇ ਖਾਲਸਾ ਹੁਣੇ ਤਿਆਰੀ ਕਰੇਗਾ। ਫਿਰ 5 ਜੰਕਾਰੇ ਛੱਡੇ ਖਾਲਸੇ ਨੇ, ਭਰਾਵੋ ਅਸੀਂ ਰਹਿਤ ਮਰਿਆਦਾ ਤੋਂ ਦੂਰ ਹੁੰਦੇ ਜਾ ਰਹੇ, ਕਾਰਨ ਆ ਕਿ ਇਤਿਹਾਸ 'ਤੇ ਪਕੜ ਘੱਟ ਗਈ ਸਾਡੀ, ਅਸੀਂ ਆਮ ਕੋਈ ਆਮ ਅਮਲੀ ਮਰ ਜਾਏ ਉਹਦੇ ਭੋਗ 'ਤੇ 5-5 ਜੰਕਾਰੇ ਛੱਡੀ ਜਾਂਦੇ, ਔਰ 5 ਜੰਕਾਰੇ ਖਾਲਸਾ ਉਦੋਂ ਛੱਡਦਾ ਸੀ ਜਦੋਂ ਸ਼ਹੀਦੀ ਅਰਦਾਸਾਂ ਕਰਕੇ ਤੁਰੇ, ਕਿਸੇ ਮੋਰਚੇ ਨੂੰ ਫਤਿਹ ਕਰਨ ਵਾਸਤੇ, ਕਿਸੇ ਮੁਹਿੰਮ ਨੂੰ ਜਿੱਤਣ ਵਾਸਤੇ ਖਾਲਸਾ ਤੁਰੇ, ਫਿਰ 5 ਜੰਕਾਰੇ ਛੱਡ ਕੇ ਤੁਰਦਾ ਸੀ। 5 ਜੰਕਾਰੇ ਛੱਡੇ ਗੁਰੂ ਕੇ ਖਾਲਸੇ ਨੇ, ਹਰੀ ਸਿੰਘ ਭੰਗੀ ਆਪਣਾ 5,000 ਦਾ ਜਥਾ ਲੈ ਕੇ ਤੁਰ ਪਿਆ। ਫਿਰ ਮਗਰੇ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ ਤੁਰ ਪਿਆ, ਮਗਰੇ ਰਾਮਗੜ੍ਹੀਆਂ ਦੀ ਮਿਸਲ, ਕਨਈਆਂ ਦੀ ਮਿਸਲ, ਨਕਈਆਂ ਦੀ ਮਿਸਲ, 15,000 ਖਾਲਸਾ ਇੱਕ ਪੰਡਿਤ ਦੀ ਪੰਡਤਾਣੀ ਛਡਾਉਣ ਵਾਸਤੇ ਤੁਰ ਪਿਆ। ਮਾਲਵੇ ਵੱਲ ਸੁਨੇਹਾ ਭੇਜਿਆ ਗਿਆ, 9,000 ਖਾਲਸਾ ਉੱਥੋਂ ਆ ਗਿਆ, 24,000 ਖਾਲਸਾ ਕਸੂਰ ਤੋਂ ਥੋੜ੍ਹਾ ਜਿਹਾ ਹਟ ਕੇ ਬੈਠ ਗਿਆ। ਹਰੀ ਸਿੰਘ ਭੰਗੀ ਨੇ ਆਖਿਆ ਖਾਲਸਾ ਜੀ ਬੜੀ ਰਣਨੀਤੀ ਦੇ ਨਾਲ ਇਸ ਕਸੂਰ ਵਿੱਚ ਹਮਲਾ ਕੀਤਾ ਜਾਏਗਾ। 24,000 ਖਾਲਸੇ ਨੇ ਜਕਾਰੇ ਦੀ ਆਵਾਜ਼ ਦਿੰਦਿਆਂ ਆਖਿਆ ਜਥੇਦਾਰ ਹਰੀ ਸਿੰਘ ਜੀ, ਜੋ ਤੁਸੀਂ ਕਹੋਗੇ ਤੁਹਾਡੀ ਦੱਸੀ ਹੋਈ ਰਣਨੀਤੀ ਮੁਤਾਬਕ ਹੀ ਹਮਲਾ ਕੀਤਾ ਜਾਏਗਾ।
ਹਰੀ ਸਿੰਘ ਭੰਗੀ ਨੇ ਆਖਿਆ ਫਿਰ 12 ਕਿਲਿਆਂ ਤੋਂ ਖਾਲਸਾ ਕਸੂਰ ਵਿੱਚ ਦਾਖਲ ਹੋਏਗਾ, 12 ਕਿਲਿਆਂ ਦੇ ਪਹਿਰੇਦਾਰ ਝਟਕ ਦਿੱਤੇ ਜਾਣਗੇ, ਉਹਨਾਂ ਦਰਵਾਜ਼ਿਆਂ 'ਤੇ ਕਬਜ਼ਾ ਗੁਰੂ ਕਾ ਖਾਲਸਾ ਕਰ ਲਏਗਾ। ਅਤੇ ਜਦੋਂ 24,000 ਖਾਲਸਾ ਕਸੂਰ ਵਿੱਚ ਹੋ ਜਾਏ ਹਾਜ਼ਰ, ਫਿਰ ਉਹ ਦਰਵਾਜ਼ੇ ਬੰਦ ਕਰ ਦਿੱਤੇ ਜਾਣ, ਨਾ ਕੋਈ ਖਾਲਸੇ ਦੇ ਕਾਬੂ ਆਇਆ ਬਾਹਰ ਜਾ ਸਕੇ ਅਤੇ ਨਾ ਕੋਈ ਬਾਹਰੋਂ ਕਸੂਰ ਨੂੰ ਹੋਰ ਮਦਦ ਆ ਸਕੇ। ਹਰੀ ਸਿੰਘ ਭੰਗੀ ਨੇ ਆਪਣਾ ਘੋੜਾ ਅੱਗੇ ਲਾਇਆ, ਸਭ ਤੋਂ ਪਹਿਲਾਂ ਆਪਣਾ ਜਥਾ 5,000 ਦਾ ਲੈ ਕੇ ਹਾਜ਼ਰ ਹੋ ਗਿਆ। ਮਗਰੇ ਬਾਕੀ ਖਾਲਸੇ ਘੋੜਿਆਂ 'ਤੇ ਸਵਾਰ ਹੋਏ ਕਸੂਰ ਸ਼ਹਿਰ ਵਿੱਚ ਜਦੋਂ ਦਾਖਲ ਹੋ ਗਏ, ਕਸੂਰ ਸ਼ਹਿਰ ਜੇਠ ਦੇ ਮਹੀਨੇ ਵਿੱਚ ਦਿਨ ਦੇ 12 ਵਜੇ ਸੀ ਜਦੋਂ ਖਾਲਸੇ ਨੇ ਆਪਣੇ ਘੋੜੇ ਕਸੂਰ ਦੇ ਬਾਜ਼ਾਰਾਂ ਵਿੱਚ ਦਗੜ ਦਗੜ ਕਰਦੇ ਫੇਰੇ। ਇਸ ਉਸਮਾਨ ਖਾਨ ਦੀ ਬੇਗਮ ਨੇ ਆਖਿਆ, ਖਾਨ ਜੀ ਜਾਪਦਾ ਖਾਲਸਾ ਅਣ ਪਹੁੰਚਿਆ। ਉਹਨੇ ਆਖਿਆ, ਤੈਨੂੰ ਕੀ ਭਾਸਦਾ? ਉਹਨੇ ਆਖਿਆ, ਦਿਨੇ ਦੁਪਹਿਰੇ 12 ਵਜੇ ਏਡੀ ਗਰਮੀ ਵਿੱਚ ਹੋਰ ਕੌਣ ਆ ਸਕਦਾ ਹੈ? ਜਿਹੜੇ ਆ ਕਹਿੰਦੇ ਨਾ ਖਾਲਸੇ ਦੇ 12 ਵਜ ਗਏ, ਇਹਨਾਂ ਨੂੰ ਦੱਸਿਆ ਕਰੋ ਜਦੋਂ ਵੀ ਗੁਰੂ ਕੇ ਖਾਲਸੇ ਨੇ ਹਮਲਾ ਕੀਤਾ ਦਿਨੇ ਦੁਪਹਿਰੇ 12 ਵਜੇ ਕੀਤਾ, ਕਦੇ ਰਾਤ ਨਹੀਂ ਕਿਸੇ 'ਤੇ ਹਮਲਾ ਕੀਤਾ, ਕਦੇ ਸੁੱਤੇ 'ਤੇ ਕਿਸੇ ਖਾਲਸੇ ਨੇ ਹਮਲਾ ਨਹੀਂ ਕੀਤਾ, ਖਾਲਸਾ ਆਵਾਜ਼ ਮਾਰ ਕੇ ਜਗਾ ਕੇ ਅਤੇ ਫਿਰ ਹਮਲਾ ਕਰਦਾ। ਜਦੋਂ ਇਹਨੇ ਆਖੀ ਗੱਲ, ਉਸੇ ਵੇਲੇ ਉਸਮਾਨ ਖਾਂ ਆਪਣੇ ਮਹਿਲ ਦੀਆਂ ਅੰਦਰਲੀਆਂ ਪੌੜੀਆਂ ਚੜ੍ਹ ਕੇ ਛੱਤ 'ਤੇ ਚਲੇ ਗਿਆ। ਇਹਨੇ ਕੀ ਵੇਖਿਆ? 24,000 ਨੀਲਿਆਂ ਦੁਮਾਲਿਆਂ ਵਾਲੇ, ਨੀਲਿਆਂ ਚੋਲਿਆਂ ਵਾਲੇ ਕਸੂਰ ਦੇ ਵਿੱਚ ਘੋੜਿਆਂ ਦੇ ਚੜ੍ਹੇ ਖੜ੍ਹੇ ਸੀ। ਜਦੋਂ ਇਹਨੇ ਦਰਵਾਜ਼ੇ ਮੂਹਰੇ ਝਾਤੀ ਮਾਰੀ ਅਤੇ ਹਰੀ ਸਿੰਘ ਭੰਗੀ 6.5 ਫੁੱਟ ਦਾ ਜਵਾਨ ਨਿਹੰਗ ਸਿੰਘ ਘੋੜੇ ਦੇ ਸਵਾਰ ਸੀ, ਉਸਮਾਨ ਖਾਂ ਨੇ ਆਖਿਆ, ਖਾਲਸਾ ਜੀ ਕੌਣ ਜੇ, ਕਿੱਥੋਂ ਆਏ ਦੇ, ਕੰਮ ਕੀ ਆ ਤੁਹਾਨੂੰ? ਹਰੀ ਸਿੰਘ ਭੰਗੀ ਨੇ ਆਖਿਆ, ਉਹ ਉਸਮਾਨ ਖਾਂ ਨਾ, ਆਹ ਮੇਰੇ ਘੋੜੇ ਦੇ ਮਗਰ ਬੈਠਾ ਹੋਇਆ ਹੈ ਤੇਰੇ ਸ਼ਹਿਰ ਦਾ ਗਰੀਬ ਪੰਡਿਤ, ਇਹਦੀ ਪੰਡਤਾਣੀ ਤੂੰ ਚੁੱਕ ਕੇ ਪਾ ਲਿਆ ਆਪਣੇ ਮਹਿਲੀ। ਕਹਿੰਦਾ, ਫਿਰ ਦੱਸੋ ਖਾਲਸਾ ਕੀ ਚਾਹੁੰਦਾ ਹੈ? ਹਰੀ ਸਿੰਘ ਭੰਗੀ ਨੇ ਆਖਿਆ, ਇਸ ਪੰਡਿਤ ਦੀ ਮੋੜ ਦੇ ਪੰਡਤਾਣੀ ਅਤੇ ਖਾਲਸੇ ਦਾ ਭਰ ਦੇ ਆਉਣ ਜਾਣ ਦਾ ਅੰਮ੍ਰਿਤਸਰ ਸਾਹਿਬ ਤੋਂ ਖਰਚਾ, ਅਤੇ ਦੋਵੇਂ ਹੱਥ ਜੋੜ ਕੇ ਖਾਲਸੇ ਕੋਲੋਂ ਮਾਫ਼ੀ ਮੰਗ ਲੈ। ਹੰਕਾਰਿਆ ਹੋਇਆ ਖਾਨ, ਭੂਤਰਿਆ ਹੋਇਆ ਖਾਨ ਕਹਿੰਦਾ, ਹਰੀ ਸਿੰਘਾ, ਜੇ ਮੈਂ ਪੰਡਿਤ ਦੀ ਪੰਡਤਾਣੀ ਨਾ ਮੋੜਾਂ, ਜੇ ਮੈਂ ਤੁਹਾਡਾ ਖਰਚਾ ਨਾ ਭਰਾਂ, ਤੁਹਾਡੇ ਕੋਲੋਂ ਮਾਫ਼ੀ ਨਾ ਮੰਗਾਂ, ਤਾਂ ਫਿਰ? ਹਰੀ ਸਿੰਘ ਭੰਗੀ ਨੇ ਦੇ ਕੇ ਮੁਸ਼ਹਿਰਿਆਂ ਨੂੰ ਤਾ ਆਖਿਆ, ਖਾਨਾ ਫਿਰ ਖਾਲਸਾ ਤੇਰੇ ਡੱਕਰੇ ਕਰਕੇ ਜਾਊ। ਹਰੀ ਸਿੰਘ ਸ਼ੇਰ ਲਲਕਾਰੇ ਮਾਰਦਾ, ਸ਼ੇਰ ਜੋ ਖੜੋਤਾ ਖਾਨਾ ਨੂੰ ਵੰਗਾਰਦਾ। ਅਸੀਂ ਉਹਨਾਂ ਚਿਰ ਮੁੱਖ ਲਾਉਣਾ ਜਲ ਨਹੀਂ, ਖੁਸ਼ੀਆਂ ਦੇ ਤਾਲ ਖਾਨਾ ਆਪੇ ਰੋੜ ਦੇ, ਜਾਨ ਜੇ ਬਚਾਉਣੀ ਪੰਡਤਾਂ ਨੀ ਮੋੜ ਦੇ। ਅਸੀਂ ਆਪੇ ਸੀਸ ਤੇ ਕਫਨ ਬੰਨਿਆ, ਅੰਮ੍ਰਿਤ ਪੀਤਾ ਤੇ ਮਰਨ ਮੰਨਿਆ। ਆਪੇ ਹੀ ਬਹੀ ਸ਼ਤਾਂ ਦੇ ਤਾਲੇ ਤੋੜ ਦੇ, ਜਾਨ ਜੇ ਬਚਾਉਣੀ ਪੰਡਤ ਜ਼ੁਲਮ ਕਮਾਉਣਾ ਨਾ ਕਹੇ ਕਰਾਣਿਆ। ਬਣ ਜਾਣ ਮਾਝੀ ਤੇ ਘਮਾਨ ਛੋੜ ਦੇ, ਜਾਣ ਜੇ ਬਚਾਉਣੀ ਪੰਡਤਾਂ ਨੀ ਮੋੜ ਦੇ। ਨਿਤ ਨਾ ਵਧੀਕੀਆਂ ਅਣਖ ਜਰ ਦੀ, ਖਾਲਸੇ ਦੀ ਵੇਖੀ ਤਲਵਾਰ ਵਾਰ ਦੀ। ਮਾਫ਼ੀ ਮੰਗ ਸਿੰਘਾਂ ਅੱਗੇ ਹੱਥ ਜੋੜ ਦੇ।
ਲੱਖ ਮੈਲ ਨਾ ਨਜ਼ਰੀ ਆਉਣਗੇ। ਰੂਹਾਂ ਨਾਲੋਂ ਪੁੱਤ ਵੇਖ ਲਈ ਵਿਛੋੜ ਦੇ, ਜਾਨ ਜੇ ਬਚਾਉਣੀ ਪੰਡਤਾਂ ਨੀ ਮੋੜ ਦੇ। ਦੁਖੀ ਨੂੰ ਬਚਾਉਣਾ ਸਿੰਘਾਂ ਦਾ ਰਿਵਾਜ ਆ, ਆਪੇ ਬਾਜਾਂ ਵਾਲਾ ਰੱਖ ਲੈਂਦਾ ਲਾਜ ਆ। ਕਿਸਾਨ ਵੀ ਸਮਝ ਸੋਚ ਲੈ, ਜੋ ਵੀ ਸ਼ਰ ਵੰਗ ਰਾਖੀ ਆਲ ਬੋਚ ਲੈ। ਵੇਖੀ ਕਿਵੇਂ ਸਿੰਘ ਸਿਰੀਆਂ ਮਰੋੜ ਦੇ, ਜਾਨ ਜੇ ਬਚਾਉਣੀ ਪੰਡਤਾਣੀ ਮੋੜ ਦੇ। ਹਰੀ ਸਿੰਘ ਭੰਗੀ ਨੇ ਆਖਿਆ ਵੇ ਨਫਾ ਨੁਕਸਾਨ ਵੀ ਸਮਝ ਸੋਚ ਲੈ, ਤੇ ਜੋਗੀ ਸ਼ਹਿਰ ਵਾਂਗਰਾਂ ਖਿਆਲ ਬੋਚ ਲੈ। ਉਹ ਕਹਿੰਦਾ ਵੇਖੀ ਕਿਵੇਂ ਸਿੰਘ ਸਿਰੀਆਂ ਮਰੋੜ ਦੇ, ਜਾਨ ਜੇ ਬਚਾਉਣੀ ਪੰਡਤਾਂ ਨਹੀਂ ਮੋੜ ਦੇ। ਕਹਿੰਦਾ ਤੇਰੀ ਜਾਨ ਬਚਣ ਦਾ ਇੱਕੋ ਹੀ ਹੱਲ ਹੈ, ਇਸ ਗਰੀਬ ਦੀ ਘਰਵਾਲੀ ਵਾਪਸ ਕਰ ਦੇ, ਖਾਲਸੇ ਦਾ ਭਰ ਦੇ ਖਰਚਾ, ਦੇ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗ ਲੈ। ਬਹੁਤ ਹੀ ਸਤਿਕਾਰਯੋਗ ਬਾਬਾ ਨਿਹਾਲ ਸਿੰਘ ਜੀ, ਇਸ ਗੁਰੂ ਘਰ ਦੇ ਮੁੱਖ ਸੇਵਾਦਾਰ, ਉਹਨਾਂ ਵੱਲੋਂ 500 ਰੁਪਇਆ ਜਥੇ ਨੂੰ ਆਸ਼ੀਰਵਾਦ ਆਇਆ ਸੱਚੇ ਪਾਤਸ਼ਾਹ, ਉਹਨਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਹੋਰ ਬਲ ਅਤੇ ਉੱਦਮ ਬਖਸ਼ੇ। ਬਾਬਾ ਚਰਨਜੀਤ ਸਿੰਘ ਜੀ, ਉਹ ਵੀ ਸਟੇਜ 'ਤੇ ਆਏ ਨੇ, ਮੈਂ ਆਪਣੇ ਜਥੇ ਵੱਲੋਂ ਜੀਓ ਆਇਆ ਆਖਦਾ। ਟਾਈਮ ਭਾਵੇਂ ਲੇਟ ਹੈ ਪਰ ਕਹਿਣ ਦਾ ਕੁਛ ਆਨੰਦ ਆਉਂਦਾ, ਜਦੋਂ ਜ਼ਿਆਦਾ ਭੀੜ ਭੜੱਕਾ ਹੋਵੇ ਨਾ ਉਦੋਂ ਰੌਲੀ ਬੜੀ ਪੈਂਦੀ ਹੈ। ਹੁਣ ਤੁਸੀਂ ਸਾਰੇ ਇਤਿਹਾਸ ਦੇ ਸਰੋਤੇ ਬੈਠੇ ਹੋ, ਢਾਡੀਆਂ ਦੇ ਪਿਤਾਮਾ ਬਾਪੂ ਸੋਹਣ ਸਿੰਘ ਜੀ ਸੀਤਲ, ਉਹਨਾਂ ਨੇ ਲਗਭਗ 100 ਕਿਤਾਬ ਲਿਖੀ ਹੈ ਇਤਿਹਾਸ ਦੀ, ਬੜੀ ਚੰਗੀ ਤਰ੍ਹਾਂ ਪੜ੍ਹ ਕੇ ਖੋਜ ਕੇ ਵਿਚਾਰ ਕੇ ਇੱਕ ਕਿਤਾਬ ਉਹਨਾਂ ਨੇ ਲਿਖੀ ਆ, ਮੇਰੀ ਵੇਖੀ ਮਾਣੀ ਦੁਨੀਆ। ਉਹਦੇ ਵਿੱਚੋਂ ਲਿਖਦੇ ਨੇ, ਕਹਿੰਦੇ ਬਹੁਤੀ ਭੀੜ ਵਿੱਚ ਕਦੇ ਜ਼ਿਆਦਾ ਸਿਆਣੇ ਨਹੀਂ ਹੁੰਦੇ ਅਤੇ ਬਹੁਤੇ ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ। ਉਹ ਕਹਿੰਦੇ ਸੋਨੇ ਦੀ ਦੁਕਾਨ 'ਤੇ ਕਦੀ ਤੁਸਾਂ ਨੇ ਭੀੜ ਲੱਗੀ ਨਹੀਂ ਵੇਖੀ ਹੋਏਗੀ, ਅਤੇ ਮੂੰਗਫਲੀ ਵਾਲੀ ਦੁਕਾਨ 'ਤੇ ਜ਼ਰੂਰ ਭੀੜ ਲੱਗੀ ਹੁੰਦੀ ਹੈ। ਸੋ ਤੁਸੀਂ ਕਵੀਸ਼ਰੀ ਦੇ ਸਰੋਤੇ ਬੈਠੇ ਹੋ, ਕਹਿਣ ਦਾ ਆਨੰਦ ਆ ਰਿਹਾ। ਮੈਂ ਧੰਨਵਾਦੀ ਹਾਂ ਸਾਰੀ ਸੰਗਤ ਦਾ, ਮਹਾਂਪੁਰਖਾਂ ਦਾ, ਬਾਬਾ ਨਿਹਾਲ ਸਿੰਘ ਸਾਹਿਬ ਹੋਣਾ ਦਾ, ਬਾਬਾ ਚਰਨਜੀਤ ਸਿੰਘ ਸਾਹਿਬ ਹੋਣਾ ਦਾ, ਬਾਬਾ ਅਵਤਾਰ ਸਿੰਘ ਸਾਹਿਬ ਹੋਣਾ ਦਾ, ਜਿਨ੍ਹਾਂ ਨੇ ਸਮਾਂ ਦੇ ਕੇ ਨਵਾਜੇ। ਸਰਦਾਰ ਹਰੀ ਸਿੰਘ ਭੰਗੀ ਨੇ ਆਖਿਆ ਸਮਾਨ ਖਾਨਾ ਅਜੇ ਵੀ ਸੋਚ ਲੈ, ਪਰ ਬੰਦੇ ਨੂੰ ਹੰਕਾਰ ਹੋ ਜਾਂਦਾ। ਮੈਂ ਨਹੀਂ ਕਹਿੰਦਾ, ਮੇਰੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਸ਼ਬਦ ਦਰਜ ਕੀਤਾ ਹੈ, ਜੋਬਨ ਧਨ ਪ੍ਰਭਤਾ ਕੇ ਮੱਦ ਮੇਂ ਅਹਿਨ ਸਰਹਿ ਦਵਾਨਾ। ਜਵਾਨੀ ਦਾ ਨਸ਼ਾ ਹੋ ਜਾਂਦਾ, 4 ਪੈਸੇ ਕੋਲ ਆ ਜਾਣ ਉਹਦਾ ਹੰਕਾਰ ਹੋ ਜਾਂਦਾ, ਅਤੇ ਜੇ ਪਿੱਠ 'ਤੇ ਹੋਵੇ ਨਾ ਸਰਕਾਰ ਦਾ ਥਾਪੜਾ, ਫਿਰ ਨਹੀਂ ਬੰਦਾ ਕਿਸੇ ਦੀ ਪਰਵਾਹ ਕਰਦਾ। ਮੇਰੇ ਉਸਤਾਦ ਪਿਤਾ ਜੋਗੀ ਸਾਹਿਬ ਨੇ 4 ਕਲਾਈਨਾਂ ਲਿਖੀਆਂ, ਉਹ ਇੱਥੇ ਬੜੀਆਂ ਕਾਬਲੇ ਗੌਰ 'ਤੇ ਢੁੱਕਦੀਆਂ ਨੇ। ਕਹਿੰਦੇ ਸਿਦਕ ਸਬਰ ਸੰਤੋਖ ਦੀ ਗੱਲ ਕਿੱਥੇ, ਬੰਦਾ ਧਰਮ ਦੀ ਹੱਦ ਜਦ ਲੰਘ ਜਾਵੇ ਉਹਦੇ ਕੋਲੋਂ ਇਨਸਾਫ ਦੀ ਆਸ ਕਿੱਥੋਂ, ਚੜ੍ਹ ਜਿਹਨੂੰ ਦਵਾਇਤ ਦਾ ਰੰਗ ਜਾਵੇ। ਫਿਰ ਗਲਤੀ ਵੱਡੀ ਤੋਂ ਵੱਡੀ ਤੇ ਝਿਜਕਦਾ ਨਹੀਂ, ਲੱਥ ਜਦੋਂ ਮਨੁੱਖ ਦੀ ਸੰਗ ਜਾਵੇ ਉਹਦੀ ਅਕਲ ਦਾ ਬਿਸਤਰਾ ਗੋਲ ਸਮਝੋ, ਜਿਹਨੂੰ ਨਾਗ ਹੰਕਾਰ ਦਾ ਡੰਗ ਜਾਵੇ। ਜਿਹਨੂੰ ਹੰਕਾਰ ਹੋ ਜਾਵੇ ਨਾ ਸਮਝ ਲਓ ਕਿ ਉਹਦੀ ਅਕਲ ਦਾ ਬਿਸਤਰਾ ਗੋਲ ਹੋ ਜਾਂਦਾ, ਉਹਦੇ ਚੜ੍ਹਾਈ ਵਾਲੇ ਦਿਨ ਰੁਕ ਜਾਂਦੇ ਆ ਅਤੇ ਉਤਰਾਈ ਵਾਲੇ ਦਿਨ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ।
ਸਰਦਾਰ ਹਰੀ ਸਿੰਘ ਭੰਗੀ ਨੇ ਆਖਿਆ ਉਸਮਾਨ ਖਾਨਾ ਅਜੇ ਵੀ ਵੇਲਾ ਹੀ। ਉਸਮਾਨ ਖਾਨ ਨੇ ਆਖਿਆ ਹਰੀ ਸਿੰਘਾ ਤੂੰ ਨਹੀਂ ਜਾਣਦਾ, ਜੇ ਮੈਂ ਘੜਿਆਲ ਖੜਕਾ ਦਿੱਤਾ 12 ਕਿਲਿਆਂ ਦੇ ਖਾਨਜ਼ਾਦੇ ਉੱਥੇ ਤੁਹਾਨੂੰ ਭਾਈਦਿਆਂ ਨੂੰ ਰਾਹ ਨਹੀਂ ਲੱਭਣਾ। ਹਰੀ ਸਿੰਘ ਭੰਗੀ ਨੇ ਆਖਿਆ ਜਰਾ ਕਿ ਧਿਆਨ 'ਤੇ ਮਾਰ ਕੇ ਵੇਖ, ਓਏ ਉਹਨਾਂ ਕਿਲਿਆਂ 'ਤੇ ਉਹਨਾਂ ਦਰਵਾਜ਼ਿਆਂ 'ਤੇ ਕਬਜ਼ਾ ਗੁਰੂ ਕੇ ਖਾਲਸੇ ਦਾ ਹੋ ਗਿਆ, ਅਤੇ ਜੇ ਤੈਨੂੰ ਮਾਣ ਆ ਹੰਕਾਰ ਹੈ ਆ ਫਿਰ ਖੁੱਲ੍ਹੇ ਮੈਦਾਨ ਵਿੱਚ ਦੋ ਹੱਥ ਕਰਕੇ ਵੇਖ ਲਈਏ, ਖਾਲਸਾ ਤੈਨੂੰ ਰਸਤਾ ਦੇ ਦਿੰਦਾ। ਜਦੋਂ ਇਹ ਗੱਲ ਕਹੀ ਉਸਮਾਨ ਖਾਨ ਨੂੰ ਆਪਣੇ ਜਵਾਨਾਂ 'ਤੇ ਮਾਣ ਸੀ, ਉਹਨੇ ਆਖਿਆ ਫਿਰ ਖੁੱਲ੍ਹੇ ਮੈਦਾਨ ਵਿੱਚ ਹੀ ਹਰੀ ਸਿੰਘਾ ਤੇਰੇ ਨਾਲ ਵੇਖਦੇ ਹਾਂ। ਹਰੀ ਸਿੰਘ ਭੰਗੀ ਨੇ ਦੇ ਦਿੱਤਾ ਰਸਤਾ, ਉਸਮਾਨ ਖਾਨ ਨੇ ਘੜਿਆਲ ਖੜਕਾਇਆ, 12 ਕਿਲਿਆਂ ਦੇ ਖਾਨਜ਼ਾਦੇ ਉੱਠੇ, ਖੁੱਲ੍ਹੇ ਮੈਦਾਨ ਵਿੱਚ ਆ ਗਏ। ਇੱਕ ਪਾਸੇ 12 ਕਿਲਿਆਂ ਦੇ ਖਾਨਜ਼ਾਦੇ, ਇੱਕ ਪਾਸੇ 11 ਮਿਸਲਾਂ ਤਿਆਰ ਸੀ ਅਤੇ 12ਵੀਂ ਮਿਸਲ ਅਜੇ ਬਣ ਰਹੀ ਸੀ। ਹਰੀ ਸਿੰਘ ਭੰਗੀ ਨੇ ਫਿਰ ਤਕਰੀਰ ਦਿੱਤੀ ਆਪਣੇ ਖਾਲਸਿਆਂ ਨੂੰ, ਆਖਿਆ ਖਾਲਸਾ ਜੀ ਹੁਣ ਜਿਹੜਾ ਵੀ ਕਸੂਰ ਦਾ ਵਾਸੀ ਆਪਣੇ ਸਾਹਮਣੇ ਆ ਜਾਵੇ ਉਹਨੂੰ ਵੈਰੀ ਸਮਝ ਕੇ ਉਹਦਾ ਲਿਹਾਜ਼ ਨਹੀਂ ਕਰਨਾ, ਅਤੇ ਖਾਲਸਾ ਜੀ ਜਿਹੜਾ ਕਦਮ ਹੁਣ ਤੁਸਾਂ ਨੇ ਚੁੱਕ ਲੈਣਾ ਨਾ, ਦੂਸਰਾ ਕਦਮ ਜਿਹੜਾ ਉਹ ਵੈਰੀ ਦੀ ਛਾਤੀ ਦੇ ਉੱਤੇ ਰੱਖਣਾ ਚਾਹੀਦਾ ਹੈ। ਕਦੇ ਖਾਲਸਾ ਪਿੱਛੇ ਨੂੰ ਆਪਣਾ ਪੈਰ ਨਹੀਂ ਪੁੱਟਦਾ, ਇਸ ਕਰਕੇ ਖਾਲਸਾ ਜਿਹੜਾ ਕਦਮ ਪੁੱਟੇਗਾ ਉਹ ਵੈਰੀ ਦੀ ਛਾਤੀ 'ਤੇ ਰੱਖੇਗਾ। ਜੇਠ ਦੇ ਮਹੀਨੇ ਵਿੱਚ 1763 ਵਿੱਚ 12 ਮਿਸਲਾਂ ਦੇ ਖਾਨਜ਼ਾਦੇ ਇੱਕ ਪਾਸੇ 12 ਮਿਸਲਾਂ ਦੇ ਸਰਦਾਰ, ਖਾਲਸੇ ਨੇ ਤਲਵਾਰ ਕਿਵੇਂ ਵਾਹੀ ਕਸੂਰ ਦੇ ਮੈਦਾਨ ਵਿੱਚ, ਇੱਕ ਪੰਡਿਤ ਦੀ ਪੰਡਤਾਣੀ ਛਡਾਉਣ ਵਾਸਤੇ 24,000 ਖਾਲਸੇ ਨੇ ਕਸੂਰ ਦੇ ਮੈਦਾਨ ਵਿੱਚ ਤਲਵਾਰ ਹੇ ਇਸ ਤਰ੍ਹਾਂ ਚਲਾਈ। ਸਿੰਘਾਂ ਦੇ ਲਲਕਾਰੇ ਸੁਣ ਕੇ ਜੋਸ਼ ਆ ਗਿਆ ਖਾਨਾ ਨੂੰ, ਸਾਰੇ ਕਹਿਣ ਸਵਾਲ ਦੀਨ ਦਾ ਜਾਗੀ ਅਣਖ ਜਵਾਨਾਂ ਨੂੰ। ਉਸੇ ਦੀ ਸਿੰਘ ਜਾਨ ਬਖਸ਼ ਦੇ ਡਨ ਜਿਹੜਾ ਵੀ ਭਰਦਾ ਗਿਆ, ਸਿੰਘ ਵੀ ਮਿਸਲਾਂ 12 ਦੇ ਰਣ ਵਿੱਚ ਮਾਨ ਤੋੜਦੇ ਸਿੰਘਾਂ ਵੱਡੇ ਸ਼ਾਹ ਸਵਾਰਾਂ ਦੇ। ਵੈਰੀ ਮਾਰੂ ਦਲ ਸਿੰਘਾਂ ਦਾ ਘੜੀਆਂ ਵਿੱਚ ਕੋ ਕਰਦਾ ਗਿਆ, ਸਿੰਘਾਂ ਦੀ ਤਲਵਾਰ ਦੇ ਮੂਹਰੇ ਜੋੜਿਆ ਸੋ ਮਰਦਾ ਗਿਆ। ਵਿੱਚ ਬਜ਼ਾਰਾਂ ਹਾਹਾਕਾਰਾਂ ਖੁੱਲ੍ਹੇ ਝਾਟੇ ਹੂਰਾਂ ਦੇ ਰਣ ਵਿੱਚ ਮਾਨ ਤੋੜਦੇ ਸਿੰਘਾਂ ਵੱਡੇ ਵੱਡੇ ਮਗਰੂਰਾਂ ਦੇ। ਜਿਸ ਤੇ ਵਾਰ ਖਾਲਸੇ ਕੀਤਾ ਟੈਮ ਤੋਂ ਪਹਿਲਾਂ ਮਰਦਾ ਗਿਆ, ਸਿੰਘਾਂ ਦੀ ਤਲਵਾਰ ਦੇ ਮੂਹਰੇ ਜੋੜਿਆ ਸੋ ਮਰਦਾ ਗਿਆ। ਜਾ ਅਲੀ ਦੇ ਨਾਰੇ ਲਾ ਕੇ ਖਾਨ ਸੈਂਕੜੇ ਆਉਂਦੇ ਰਹੇ, ਯੋਧੇ ਸਿੰਘ ਦਸ਼ਮੇਸ਼ ਦੇ ਦੁੱਲੇ ਮਾਰ ਕੇ ਪਿੱਛੇ ਭਜਾਉਂਦੇ ਰਹੇ। ਹਰਦਾ ਗਿਆ, ਸਿੰਘਾਂ ਦੀ ਤਲਵਾਰ ਦੇ ਮੂਹਰੇ ਜੋੜਿਆ ਸੋ ਮਰਦਾ ਗਿਆ। ਗੁੱਸੇ ਵਿੱਚ ਉਸਮਾਨ ਖਾਨ ਨੇ ਚੁਣਵੀਂ ਫੌਜ ਲਿਆਂਦੀ ਹੈ, ਜਾ ਅਲੀ ਦੇ ਨਾਰੇ ਲਾਉਂਦੀ ਮੌਤ ਨੂੰ ਆਪ ਬੁਲਾਉਂਦੀ ਹੈ। ਸਰਦਾਰ
ਹਰੀ ਸਿੰਘ ਸਰਦਾਰ ਦੇ ਮੂਹਰੇ ਖਾਣੀ ਆਣ ਕੇ ਗੱਜ ਪਿਆ, ਕਹਿੰਦਾ ਮਰਦਾ ਯਾਦ ਰਹੇਗਾ ਜੋੜ ਜਿਹੋ ਜਾ ਅੱਜ ਪਿਆ। ਅੱਜ ਤੋਂ ਤੂੰ ਵੀ ਸੱਚ ਸਮਝ ਲੈ, ਪਿਆਰ ਸਮਝ ਲੈ ਕਰਦਾ ਸਮਾਨ ਨੂੰ ਵੱਢ ਗਿਆ, ਜਗ ਦੇ ਵੇਂਦਿਆਂ ਕੱਲਾ ਹੀ ਤੁਰ ਗਿਆ, ਸਭ ਸੱਜਣਾ ਨੂੰ ਛੱਡ ਗਿਆ। ਜੋਇਆ ਜੋਗੀ ਨੂੰ ਜਿੱਤਣ ਓਹੰਕਾਰੀ ਹਰਦਾ, ਭੰਗੀ ਦੇ ਸਾਹਮਣੇ ਅਸਮਾਨ ਖਾਇਆ ਇਹਨੇ ਤਿੰਨ ਵਾਰ ਕੀਤੇ। ਹਰੀ ਸਿੰਘ ਭੰਗੀ ਨੇ ਤਿੰਨੇ ਵਾਰ ਰੋਕ ਕੇ ਖੰਡੇ ਦਾ ਵਾਰ ਕੀਤਾ, ਗੇਲੀ ਵਾਂਗ ਚੀਰ ਕੇ ਧਰਤੀ 'ਤੇ ਸੁੱਟ ਦਿੱਤਾ। ਅਸਮਾਨ ਖਾਂ ਮਾਰਿਆ ਗਿਆ, ਖਾਲਸੇ ਨੇ ਕਸੂਰ 'ਤੇ ਕਰ ਲਿਆ ਕਬਜ਼ਾ। ਇਹਦੇ ਮਹਿਲਾਂ ਵਿੱਚੋਂ ਪੰਡਿਤ ਦੀ ਪਣਤਾਣੀ ਕੱਢ ਕੇ ਉਹਦੇ ਹੱਥ ਫੜਾ ਦਿੱਤੀ। ਬੜਾ ਅਮੀਰ ਸ਼ਹਿਰ ਸੀ, ਤਿੰਨ ਦਿਨ ਖਾਲਸੇ ਨੇ ਲੁੱਟਿਆ ਇਸ ਕਸੂਰ ਸ਼ਹਿਰ ਨੂੰ। ਫਿਰ ਉਸ ਪੰਡਿਤ ਨੂੰ ਵੀ ਵਿੱਚੋਂ ਹਿੱਸਾ ਦਿੱਤਾ। ਲਗਭਗ 3,500 ਦੇ ਕਰੀਬ ਖਾਲਸੇ ਨੇ ਸ਼ਹਾਦਤਾਂ ਦਾ ਜੰਮ ਪੀਤਾ। ਇੱਕ ਪੰਡਿਤ ਦੀ ਪਣਤਾਣੀ ਛਡਾ ਕੇ ਫਿਰ ਖਾਲਸਾ ਜਕਾਰੇ ਛੱਡਦਾ ਹੋਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਹੁੰਚ ਗਿਆ। ਇਹ ਸੀ ਖਾਲਸੇ ਦੇ ਇੱਕ ਵੱਡੇ ਪਾਰੇ ਉਪਕਾਰ ਦਾ ਪ੍ਰਸੰਗ। ਮੈਂ ਧੰਨਵਾਦੀ ਹਾਂ ਆਜ਼ਾਦ ਵੈੱਬ ਟੀ ਵੀ ਵਾਲੇ ਵੀਰਾਂ ਦਾ, ਜਿਹੜੇ ਲਾਈਵ ਕਰਦੇ ਨੇ, ਦੂਸਰੇ ਵੀਰ ਸੁਰ ਸਿੰਘ ਵਾਲੇ, ਉਹਨਾਂ ਦਾ ਵੀ ਅਤੀ ਧੰਨਵਾਦੀ ਹਾਂ। ਸਾਊਂਡ ਵਾਲੇ ਵੀਰ ਦਾ ਧੰਨਵਾਦੀ ਹਾਂ, ਬਹੁਤ ਚੰਗਾ ਸਾਊਂਡ ਹੈ, ਬੜੇ ਚੰਗੇ ਤਰੀਕੇ ਨਾਲ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਾ ਰਿਹਾ। ਸੱਚੇ ਪਾਤਸ਼ਾਹ ਨੂੰ ਹੋਰ ਤਰੱਕੀ ਬਖਸ਼ੇ। ਸਾਰੇ ਮਹਾਂਪੁਰਖਾਂ ਦਾ ਸਮੂਹ, ਸਾਧ ਸੰਗਤ ਦਾ, ਸੈਕਟਰੀ ਸਾਹਿਬ ਦਾ, ਸਾਰਿਆਂ ਦਾ ਧੰਨਵਾਦੀ ਹਾਂ। ਪਰ ਸਭ ਤੋਂ ਜ਼ਿਆਦਾ ਧੰਨਵਾਦੀ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਜਿਹੜੇ ਆਪ ਸਿਰ 'ਤੇ ਹੱਥ ਰੱਖ ਕੇ ਸਾਡੇ ਕੋਲੋਂ ਇਤਿਹਾਸ ਕੁਹਾ ਲੈਂਦੇ ਨੇ। ਵੀਰ ਸਵਰਨਜੀਤ ਸਿੰਘ ਹੁਣਾਂ ਜਿਹੜੇ ਸੁਭਰਾਵਾਂ ਵਾਲੇ ਇਸ ਪਿੰਡ ਵਿੱਚ ਹੁਣ ਵਸੇ ਨੇ, ਪਹਿਲਾਂ ਉਹਨਾਂ ਦਾ ਨਗਰ ਵਲਟੋਆ ਸੀ, ਉਹਨਾਂ ਨੇ ਵਲਟੋਏ ਦੀਵਾਨ ਸੁਣਿਆ ਅਤੇ ਉਦੋਂ ਹੁਕਮ ਲਾਇਆ, ਔਰ ਦੀਵਾਨ ਤੋਂ ਪਹਿਲਾਂ ਉਹਨਾਂ ਨੇ 22,000 ਰੁਪਈਏ ਦਾ ਚੈੱਕ ਸਾਡੇ ਜਥੇ ਨੂੰ ਦੇ ਦਿੱਤਾ ਹੈ। ਮੈਂ ਧੰਨਵਾਦੀ ਉਹਨਾਂ ਦਾ ਤੇ ਅਰਦਾਸ ਕਰਦਾ ਸੱਚਿਆ ਪਾਤਸ਼ਾਹ ਉਹਨਾਂ ਦੀ ਕਮਾਈ ਵਿੱਚ ਹੋਰ ਬਰਕਤਾਂ ਪਾਓ, ਉਹ ਇਸੇ ਤਰ੍ਹਾਂ ਕੌਮ ਦੇ ਪ੍ਰਚਾਰਕਾਂ ਦਾ ਸਤਿਕਾਰ ਕਰਦੇ ਰਹਿਣ। ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਫਤਿਹ ਹਾਜ਼ਰ ਕਰਦਿਆਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।